ਸਤਿ ਸ਼੍ਰੀ ਅਕਾਲ ਜੀ, ਸਵਾਗਤ ਆ ਤੁਹਾਡਾ ਸਾਡੇ ਪਲੇਟਫਾਰਮ ਮਾਸਟਰ ਕਲਾਸਿਸ ਪਟਿਆਲਾ ਤੇ। ਸੋ ਜਿਵੇਂ ਕਿ ਹੁਣ ਪੰਜਾਬ ਦੇ PCS ਨੂੰ ਲੈ ਕੇ ਇੱਕ ਬਹੁਤ ਇੰਪੋਰਟੈਂਟ ਨਿਊਜ਼ ਜਾਂ ਇੱਕ ਬਹੁਤ ਵੱਡੀ ਖੁਸ਼ਖਬਰੀ ਕਹਿ ਲਈਏ ਜੋ ਨਿਕਲ ਕੇ ਬਾਹਰ ਆਈ ਆ, ਜਿਹਦੇ ਬਾਰੇ ਕਹਿ ਲਓ ਕਿ ਜਦੋਂ ਤੱਕ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਚੇਅਰਮੈਨ ਸਾਹਿਬਾਨ ਦੀ ਅਪੁਆਇੰਟਮੈਂਟ ਨਹੀਂ ਸੀ ਹੋਈ, ਉਦੋਂ ਤੱਕ ਉਹ ਗੱਲ ਸਾਰੀ ਜਿਹੜੀ ਆ ਦਬੇ ਦਬੇ ਸ਼ਬਦਾਂ 'ਚ ਸਾਰੇ ਕਹਿ ਰਹੇ ਸੀ। ਮੈਨੂੰ ਵੀ ਕੋਈ ਸਟੂਡੈਂਟ ਪੁੱਛਦਾ ਸੀ ਤਾਂ ਮੈਂ ਹਮੇਸ਼ਾ ਕਹਿਣ ਤੋਂ ਬਚਦਾ ਸੀ, ਜਾਂ ਇਹ ਕਹਿ ਲਓ ਕਿ ਜਿਹੜਾ ਫਿਜ਼ੀਕਲੀ ਸਾਹਮਣੇ ਆ ਕੇ ਮਿਲਦਾ ਸੀ ਉਹਦੇ ਨਾਲ ਜ਼ਰੂਰ ਗੱਲ ਕਰ ਲਈਦੀ ਸੀ। ਪਰ ਜੇ ਆਪਾਂ ਉਹੋ ਜਿਹੀਆਂ ਗੱਲਾਂ ਪਲੇਟਫਾਰਮਸ ਤੇ ਆ ਕੇ ਕਹਿੰਦੇ ਕਿ ਬਈ ਇੱਕ ਬਹੁਤ ਵੱਡਾ ਸਟਰਕਚਰਲ ਰਿਫਾਰਮ PPSC ਕਰਨ ਜਾ ਰਹੀ ਆ, ਤਾਂ ਉਹਨਾਂ ਇੱਕ ਹਾਸੋਹੀਣੀ ਗੱਲ ਲੱਗਦੀ ਸੀ ਕਿ ਬਈ ਪਤਾ ਨਹੀਂ ਕਰਦੇ ਤਾਂ ਕੁਛ ਹੈ ਨਹੀਂ। ਪਰ ਹੁਣ ਕਮਿਸ਼ਨ ਸਿੱਧੇ ਤੌਰ ਤੇ 2-3 ਗੱਲਾਂ ਦੇ ਇਸ਼ਾਰੇ ਕਰ ਚੁੱਕਿਆ ਹੈ ਕਿ ਆਉਣ ਵਾਲੇ ਸਾਲਾਂ 'ਚ 3 ਸਾਲਾਂ 'ਚ 100 ਤੋਂ ਲੈ ਕੇ 120 ਜਾਂ 22 ਦੇ ਵਿੱਚ 3 ਸਾਲ ਲਗਾਤਾਰ ਪੋਸਟਾਂ ਆਉਣਗੀਆਂ। ਈਅਰਲੀ ਐਗਜ਼ਾਮੀਨੇਸ਼ਨ ਦੀ ਕਮਿਟਮੈਂਟ ਕਮਿਸ਼ਨ ਵੱਲੋਂ ਕਰ ਦਿੱਤੀ ਗਈ ਆ। ਇੱਕ ਆਮ ਆਦਮੀ ਪਾਰਟੀ ਵੱਲੋਂ ਆਫੀਸ਼ੀਅਲ ਉਹਨਾਂ ਦੇ ਪਲੇਟਫਾਰਮ ਤੋਂ ਇੱਕ ਜਿਹੜਾ ਟਵੀਟ ਕੀਤਾ ਗਿਆ ਕਿ ਹੁਣ ਈਅਰਲੀ ਐਗਜ਼ਾਮ ਕੰਡਕਟ ਕੀਤਾ ਜਾਊਗਾ, ਅਤੇ ਦੂਜਾ ਚੇਅਰਮੈਨ ਸਾਹਿਬ ਦੀ ਅਪੁਆਇੰਟਮੈਂਟ, ਅਤੇ ਉਸ ਤੋਂ ਬਾਅਦ ਸਰਕਾਰ 'ਚ ਹੋ ਰਹੀ ਹਲਚਲ ਵੀ ਇਸੇ ਪਾਸੇ ਇਸ਼ਾਰਾ ਕਰ ਰਹੀ ਹੈ। ਕੁਛ ਰੂਲਸ ਬਦਲਣ ਦੀ ਗੱਲ ਚੱਲ ਰਹੀ ਆ, ਜਿਵੇਂ CSAT ਨੂੰ ਕੁਆਲੀਫਾਈਂਗ ਕਰਨਾ, ਅਤੇ ਇਸ ਤੋਂ ਬਿਨਾਂ ਕੁਛ ਹੋਰ ਛੋਟੇ ਮੋਟੇ ਰੂਲ ਸੀ ਸ਼ਾਇਦ, ਜਿਨ੍ਹਾਂ ਨੂੰ ਹੁਣ ਉਹਨਾਂ ਨੇ ਠੰਡੇ ਬਸਤੇ 'ਚ ਪਾਤਾ ਹੈ, ਜਿਹਦੇ 'ਚ ਇਹ ਸੀ ਕਿ ਐਥਿਕਸ GS 1, 2, 3 ਪੇਪਰ 'ਚੋਂ ਕੱਢ ਕੇ ਇੱਕ ਸਾਈਡ 'ਤੇ ਇਕੱਠਾ ਕਰ ਦਿਓ। ਮੇਨਸ ਦੀ ਗੱਲ ਕਰ ਰਿਹਾ, ਸੋ ਉਹ ਸਾਰੇ ਰੂਲਸ ਦੀ ਬਜਾਏ ਸ਼ਾਇਦ ਇੱਕੋ ਹੀ ਰੂਲ ਹੁਣ ਪਾਸ ਹੋ ਰਿਹਾ ਹੈ। ਬਾਕੀ ਤਾਂ ਦੇਖੋ ਜਦੋਂ ਨੋਟੀਫਿਕੇਸ਼ਨ ਆਊਗੀ ਉਦਣ ਹੋਰ ਕਲੈਰਿਟੀ ਹੋ ਜਾਊਗੀ। ਪਰ ਇਹ ਤਕਰੀਬਨ ਬਹੁਤ ਹੱਦ ਤੱਕ ਇਹਦੇ ਬਾਰੇ ਸਾਰੇ ਸੋਰਸਿਸ ਦੱਸ ਰਹੇ ਆ ਕਿ CSAT ਕੁਆਲੀਫਾਈਂਗ ਹੋ ਰਿਹਾ ਹੈ। ਸੋ ਹੁਣ ਇੱਥੋਂ ਅੱਗੇ ਨਿਕਲ ਕੇ ਆਉਂਦਾ ਹੈ ਕਿ PCS ਦੀ ਤਿਆਰੀ ਕਿਸ ਤਰੀਕੇ ਨਾਲ। ਵੈਸੇ ਤਾਂ ਦੇਖੋ ਜਿਹੜੇ ਵੀ ਸਟੂਡੈਂਟਸ ਬਿਲਕੁਲ ਬਿਗਨਰ ਆ, ਉਹ ਇਹ ਵੀਡੀਓ ਨੂੰ ਜਦੋਂ YouTube ਤੇ ਦੇਖ ਰਹੇ ਆ ਉਹ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਬਾਕਸ 'ਚ ਜਾਣ। ਸਭ ਤੋਂ ਉੱਪਰ ਵੀਡੀਓ ਆ ਪੰਜਾਬ PCS ਪ੍ਰੀਲਿਮਸ ਸਿਲੇਬਸ, ਕਿ ਜਿਹੜਾ ਪ੍ਰੀਲਿਮਰੀ ਐਗਜ਼ਾਮ ਹੁੰਦਾ ਹੈ, ਜਦੋਂ ਮੈਂ ਹਮੇਸ਼ਾ ਕਹਿੰਦਾ ਕਿ ਜੇ ਮੰਨ ਲਓ 100 ਪੋਸਟਾਂ ਆ ਜਾਣ, ਸਾਰੇ ਬੱਚੇ ਪ੍ਰੀਲਿਮਸ ਦੇ ਸਕਦੇ ਆ, ਪਰ ਸਿਰਫ 12-13 ਗੁਣਾ ਨੂੰ ਮੇਨ ਪੇਪਰ 'ਚ ਬਹਿਣ ਦਾ ਮੌਕਾ ਮਿਲਦਾ ਹੈ। ਪਹਿਲਾਂ ਪ੍ਰੀਲਿਮਸ ਦੇ ਵਿੱਚ ਜਿਹੜਾ ਪੇਪਰ ਹੁੰਦਾ ਹੈ GS ਅਤੇ CSAT, ਪਹਿਲਾਂ ਦੋਵਾਂ ਦੇ ਨੰਬਰ ਲੱਗਦੇ ਸੀ, ਹੁਣ CSAT 'ਚੋਂ ਇਕੱਲੇ 33% ਲੈ ਕੇ ਪਾਸ ਹੋਣਾ ਜ਼ਰੂਰੀ ਆ, ਅਤੇ GS ਵਾਲੇ ਪੇਪਰ ਦੇ ਨੰਬਰ ਲੱਗਿਆ ਕਰਨਗੇ, ਉਹਦੇ ਆਧਾਰ 'ਤੇ ਰੈਂਕ ਬਣ ਗਿਆ, ਤਾਂ ਤੁਹਾਨੂੰ ਮੇਨਸ 'ਚ ਬਹਿਣ ਦਾ ਮੌਕਾ ਮਿਲ ਗਿਆ। ਮੇਨਸ ਮਤਲਬ ਲਿਖਤੀ ਪੇਪਰ। ਇਸੇ ਵੀਡੀਓ ਦੀ ਅਤੇ ਪ੍ਰੀ ਦੇ ਨੰਬਰ ਮੈਟਰ ਹੀ ਨਹੀਂ ਕਰਦੇ ਬਾਅਦ 'ਚ, ਫਿਰ ਨਹੀਂ ਤੁਸੀਂ ਕਿ ਪਹਿਲੇ ਨੰਬਰ 'ਤੇ ਆਇਓ ਪ੍ਰੀਲਿਮਸ ਦੇ ਪੇਪਰ 'ਚ ਕਿ ਅਖੀਰ 'ਚ, ਤੁਹਾਡੇ ਫਾਈਨਲ ਮੈਰਿਟ 'ਚ ਜਾਂ ਤਾਂ ਮੇਨਸ ਦੇ ਨੰਬਰ ਐਡ ਹੋਣਗੇ 1350, ਅਤੇ ਜਾਂ 150 ਨੰਬਰ ਇੰਟਰਵਿਊ ਦੇ। 1500 ਨੰਬਰ 'ਚੋਂ ਮੈਰਿਟ ਬਣੂਗੀ ਮੇਨਸ ਵਾਲਿਆਂ 'ਚੋਂ। ਪ੍ਰੀਲਿਮਸ ਦੀ ਤਿਆਰੀ ਕਿਉਂ ਜ਼ਰੂਰੀ ਆ? ਕਿਉਂਕਿ ਪ੍ਰੀਲਿਮਸ ਦੇ 60% ਸਬਜੈਕਟ ਮੇਨਸ 'ਚ ਐਜ਼ ਇਟ ਇਜ਼ ਜਾਂਦੇ ਆ, 60-65%, ਅਤੇ ਜਿਹੜੇ ਮੇਨਸ ਦੇ ਸਬਜੈਕਟ ਨਵੇਂ ਵੀ ਹੁੰਦੇ ਆ ਮੇਨਸ ਦੇ ਵਿੱਚ, ਜਿਵੇਂ ਗਵਰਨੈਂਸ, ਸੁਸਾਇਟੀ ਹੋ ਗਿਆ, ਆਰਟ ਐਂਡ ਕਲਚਰ ਹੋ ਗਿਆ, ਇੰਟਰਨਲ ਸਿਕਿਉਰਿਟੀ ਹੋ ਗਿਆ, ਸਾਇੰਸ ਟੈਕ ਹੋ ਗਿਆ, ਤੁਸੀਂ ਆਪ ਦੱਸੋ ਜਿਹਨੇ ਪ੍ਰੀਲਿਮਸ 'ਚ ਸਾਇੰਸ ਨਹੀਂ ਪੜ੍ਹੀ ਕੀ ਉਹ ਮੇਨਸ 'ਚ ਸਾਇੰਸ ਟੈਕ ਪੜ੍ਹ ਲੂਗਾ? ਜਿਹਨੇ ਪ੍ਰੀਲਿਮਸ 'ਚ ਪੋਲਿਟੀ ਨਹੀਂ ਪੜ੍ਹੀ, ਸੰਵਿਧਾਨ ਨਹੀਂ ਪੜ੍ਹਿਆ, ਕੀ ਉਹ ਮੇਨਸ 'ਚ ਗਵਰਨੈਂਸ ਯਾਨੀ ਕਿ ਸ਼ਾਸਨ ਪੜ੍ਹ ਲੂਗਾ? ਜਿਹੜੇ ਬੰਦੇ ਨੇ ਪ੍ਰੀਲਿਮਸ ਦੇ ਵਿੱਚ ਇੰਟਰਨੈਸ਼ਨਲ ਔਰਗਨਾਈਜੇਸ਼ਨਸ ਭਾਵ ਕਿ ਅੰਤਰਰਾਸ਼ਟਰੀ ਸੰਸਥਾਵਾਂ ਬਾਰੇ ਨਹੀਂ ਪੜ੍ਹਿਆ, ਕੀ ਉਹ ਮੇਨਸ 'ਚ ਇੰਟਰਨੈਸ਼ਨਲ ਰਿਲੇਸ਼ਨਸ ਅੰਤਰਰਾਸ਼ਟਰੀ ਸੰਬੰਧ ਪੜ੍ਹ ਲੂਗਾ? ਜਿਹੜੇ ਬੰਦੇ ਨੂੰ ਪੋਲਿਟੀ ਦਾ ਅਤੇ ਜੋਗ੍ਰਾਫੀ ਦਾ ਗਿਆਨ ਨਹੀਂ ਗਾ ਮਜੋੜ ਕੇ, ਕੀ ਉਹ ਇੰਟਰਨਲ ਸਿਕਿਉਰਿਟੀ ਮੇਨਸ ਦਾ ਇੰਟਰਨਲ ਸਿਕਿਉਰਿਟੀ ਸਬਜੈਕਟ ਪੜ੍ਹ ਲੂਗਾ? ਜਿਹਨੇ ਏਨਸ਼ੀਅੰਟ ਮਡੀਵਲ ਅਤੇ ਮਾਡਰਨ ਹਿਸਟਰੀ ਨਹੀਂ ਪੜ੍ਹੀ, ਕੀ ਉਹ ਆਰਟ ਐਂਡ ਕਲਚਰ ਕਲਾ ਅਤੇ ਸੱਭਿਆਚਾਰ ਬਾਰੇ ਪੜ੍ਹ ਲੂਗਾ? ਨਹੀਂ।
ਮੇਨਸ ਦੇ ਸਬਜੈਕਟ ਜਿਹੜੇ ਆ ਬੇਸ਼ੱਕ 8 ਤੋਂ 10 ਸਬਜੈਕਟ ਅੱਡ ਹੁੰਦੇ ਆ, ਤੇ ਤਕਰੀਬਨ ਮੰਨ ਕੇ ਚੱਲੋ 7-8 ਸਬਜੈਕਟ ਪ੍ਰੀ ਦੇ ਹੁੰਦੇ ਆ, ਪਰ ਪ੍ਰੀ ਦੇ ਸਬਜੈਕਟ ਬਹੁਤ ਹੈਵੀ ਹੁੰਦੇ ਆ, ਮੇਨਸ ਦੇ ਸਬਜੈਕਟ ਛੋਟੇ ਹੁੰਦੇ ਆ। ਮੇਨਸ ਦੇ ਸਬਜੈਕਟ ਪ੍ਰੀ ਦੇ ਆਧਾਰਿਤ ਹੁੰਦੇ ਆ, ਕਿਉਂਕਿ ਜੇ ਪ੍ਰੀ ਬਾਰੇ ਸਮਝ ਹੈਗੀ ਆ, ਜੇ ਤੁਸੀਂ ਪ੍ਰੀ ਦੇ ਸਬਜੈਕਟਾਂ ਨੂੰ ਪੂਰੀ ਡਿਟੇਲ 'ਚ ਪੜ੍ਹਿਆ ਪ੍ਰੀਲਿਮਸ ਦੇ, ਇੱਕ ਤਾਂ ਜੇ ਉਹੀ ਸਬਜੈਕਟ ਮੇਨਸ 'ਚ ਵੀ ਆਉਣੇ ਆ ਉੱਥੇ ਕਵਰ ਹੋ ਜਾਣਗੇ, ਪਲੱਸ ਦੂਜੀ ਗੱਲ ਇਹ ਆ ਉਹ ਮੇਨਸ 'ਚ ਜਿਹੜੇ ਵੱਖਰੇ ਸਬਜੈਕਟ ਆ ਉਹਨਾਂ ਦਾ ਆਧਾਰ ਵੀ ਉਹਨਾਂ ਤੋਂ ਬਣਦਾ ਹੈ। ਸੋ ਸਭ ਤੋਂ ਪਹਿਲੀ ਗੱਲ ਤਾਂ ਇਹ ਸਮਝ ਆ ਜਾਣੀ ਚਾਹੀਦੀ ਆ ਕਿ ਸਾਨੂੰ ਆਪਣੀ ਤਿਆਰੀ ਨੂੰ ਬਹੁਤ ਥੋਰੋਲੀ ਕਰਨਾ ਹੈ। ਦੂਜੀ ਗੱਲ, ਜਿਹੜੇ ਬੱਚੇ ਤਾਂ ਬਿਲਕੁਲ ਇੱਕ ਤਾਂ ਹੁੰਦੇ ਆ ਬਿਲਕੁਲ ਅਣਜਾਣ, ਉਹ ਕਹਿੰਦੇ ਜੀ ਪਹਿਲਾਂ ਪ੍ਰੀਲਿਮਸ ਦੀ ਤਿਆਰੀ ਕਰਾਂਗੇ, ਜਾਂ ਅਕੈਡਮੀਆਂ ਵੀ ਗਾਈਡ ਨਹੀਂ ਕਰ ਰਹੀਆਂ ਪ੍ਰੋਪਰਲੀ, ਤੁਸੀਂ ਇਹ ਗੱਲ ਸਪਸ਼ਟ ਆਪਣੇ ਦਿਮਾਗ 'ਚ ਬਿਠਾ ਲਓ ਕਿ ਜੇ ਤੁਸੀਂ ਅੱਜ ਜਨਵਰੀ 2024 ਦੇ ਦੂਜੇ ਮਹੀਨੇ ਤੋਂ ਆਪਣੀ ਤਿਆਰੀ ਸ਼ੁਰੂ ਕਰ ਰਹੇ ਹੋ ਜਾਂ ਦੂਜੇ, ਤੀਜੇ, ਚੌਥੇ, ਜਦੋਂ ਮਰਜ਼ੀ, ਪਹਿਲੀ ਗੱਲ ਪੇਪਰ 1 ਸਾਲ ਤਾਂ ਆਉਣਾ ਨਹੀਂ, ਆਪਣੀ ਲੰਮੀ ਤਿਆਰੀ ਸੋਚੋ। ਜਿਹੜੇ ਵੀ ਸਬਜੈਕਟ ਨੂੰ ਤੁਸੀਂ ਤਿਆਰ ਕਰ ਰਹੇ ਹੋ ਉਹਨੂੰ ਪ੍ਰੀ ਲਿਮਸ ਕਮਸ ਮੇਨਸ ਦੇ ਹਿਸਾਬ ਨਾਲ ਤਿਆਰ ਕਰੋ। ਉਦਾਹਰਣ ਦੇ ਤੌਰ 'ਤੇ ਤੁਹਾਡੇ ਕੋਲ 2013, 15, 18 ਅਤੇ 20 ਪ੍ਰੀਵੀਅਸ ਈਅਰ ਪੇਪਰ ਹੋਣਗੇ। ਹੁਣ ਮੰਨ ਲਓ ਤੁਹਾਨੂੰ ਪਤਾ ਕਿ ਤੁਸੀਂ ਇੱਕ ਸਬਜੈਕਟ ਹੈ ਜੋਗ੍ਰਾਫੀ, ਤੁਸੀਂ ਜੋਗ੍ਰਾਫੀ ਸਬਜੈਕਟ ਤਿਆਰ ਕਰਨਾ ਹੈ। ਮੈਂ ਸਾਰਾ ਸਮਝਾਉਣਾ ਤੁਹਾਨੂੰ ਕਿ PCS ਦੀ ਤਿਆਰੀ ਨੂੰ ਆਪਾਂ ਕਿਵੇਂ ਅੱਗੇ ਉਲੀਕਣਾ ਹੈ। ਹੁਣ ਜੋਗ੍ਰਾਫੀ ਇੱਕ ਅਜਿਹਾ ਸਬਜੈਕਟ ਆ ਜਿਹਨੂੰ ਪ੍ਰੀਲਿਮਸ 'ਚ ਵੀ ਆਉਣਾ ਹੈ ਅਤੇ ਮੇਨਸ 'ਚ ਵੀ ਆਉਣਾ ਹੈ। ਮੇਨਸ ਦੇ ਪੇਪਰ ਦੇ ਵਿੱਚ 5 ਸਵਾਲ ਆਉਂਦੇ ਆ PCS ਮੇਨਸ ਦੇ ਪੇਪਰ 'ਚ, 5 ਸਵਾਲ 10-10 ਨੰਬਰ ਦੇ, 50-60 ਨੰਬਰ ਦਾ ਸਿਲੇਬਸ, 250 ਨੰਬਰ ਦਾ ਪੇਪਰ ਹੁੰਦਾ ਹੈ ਮੇਨਸ ਦਾ, GS1 ਦਾ ਤੁਹਾਨੂੰ ਸਭ ਨੂੰ ਪਤਾ ਹੈ, ਅਤੇ ਜਿਹਨੂੰ ਨਹੀਂ ਪਤਾ ਮੈਂ ਮਾੜਾ ਜਿਹਾ ਦੱਸ ਦਿੰਦਾ, ਅਤੇ ਜਿਨ੍ਹਾਂ ਨੂੰ ਨਹੀਂ ਜ਼ਿਆਦਾ ਨਹੀਂ ਪਤਾ ਉਹ ਇਸ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਦੂਜੀ ਵੀਡੀਓ ਦੇਖਣ, ਮੇਨਸ ਆਨਸਰ ਰਾਈਟਿੰਗ ਐਂਡ ਮੇਨਸ ਸਿਲੇਬਸ, ਉਹਦੇ 'ਚ ਮੈਂ ਇਹ ਦੱਸਿਆ ਕਿ ਮੇਨਸ ਦਾ ਸਿਲੇਬਸ ਕੀ ਆ, ਨਾਲ ਇਹ ਦੱਸਿਆ ਕਿ ਜਿਹੜੇ ਬੱਚਿਆਂ ਦੀ ਪ੍ਰੀਲਿਮਸ ਦੀ ਤਿਆਰੀ ਆ ਮੇਨਸ ਦੀ ਵੀ ਤਿਆਰੀ ਆ, ਉਹ ਸਿਰਫ ਕਹਿੰਦੇ ਸਰ ਸਾਡੀ ਇੱਕ ਤਾਂ ਟੈਸਟ ਸੀਰੀਜ਼ ਦੇ ਦਿਓ ਸਾਨੂੰ ਮੇਨਸ ਦੀ, ਅਤੇ ਇੱਕ ਸਾਨੂੰ ਸਾਰੇ ਸਵਾਲਾਂ ਦੇ ਮਾਡਲ ਆਨਸਰ ਦੇ ਦਿਓ ਤਾਂ ਕਿ ਅਸੀਂ ਦੇਖੀਏ ਕਿ ਆਨਸਰ ਲਿਖਣਾ ਕਿਵੇਂ ਆ। ਉਹ ਪੂਰੇ ਦਾ ਪੂਰਾ ਪ੍ਰੋਗਰਾਮ ਵਿਦ ਵੀਡੀਓ ਸੋਲਿਊਸ਼ਨ, ਅਤੇ ਇਹ ਪੂਰਾ ਪ੍ਰੋਗਰਾਮ ਉਹਦੇ 'ਚ ਇਹ ਵੀ ਦੱਸਿਆ ਜਾਊਗਾ ਕਿ PCS 'ਚ ਕੀ ਆਇਆ ਕੀ ਆ ਸਕਦਾ ਹੈ। ਉਹ ਆਨਸਰ ਰਾਈਟਿੰਗ ਪ੍ਰੋਗਰਾਮ ਅਤੇ ਮੇਨਸ ਦਾ ਸਿਲੇਬਸ ਇੱਕੋ ਵੀਡੀਓ 'ਚ ਸਮਝਾਇਆ ਹੋਇਆ, ਉਹ ਥੱਲੇ ਜਾ ਕੇ ਦੇਖ ਸਕਦੇ ਹੋ। ਵੈਸੇ ਸਭ ਨੂੰ ਪਤਾ ਹੈ ਕਿ PCS ਦੇ ਵਿੱਚ ਇੰਗਲਿਸ਼, ਪੰਜਾਬੀ ਅਤੇ ਇੱਕ ਐਸੇ ਰਾਈਟਿੰਗ ਦੇ ਪੇਪਰ ਆਉਂਦੇ ਆ 3, ਇੱਕ GS1, ਫਿਰ ਉਸ ਤੋਂ ਬਾਅਦ 4 ਪੇਪਰ ਆਉਂਦੇ ਆ ਜਰਨਲ ਸਟੱਡੀਜ਼ ਦੇ, GS1, GS2, GS3 ਅਤੇ GS4। ਜਿਹੜਾ GS1 ਆ ਉਹਦੇ 'ਚ ਹਿਸਟਰੀ, ਸੋਸਾਇਟੀ ਅਤੇ ਜੋਗ੍ਰਾਫੀ, ਇਤਿਹਾਸ, ਭੂਗੋਲ ਅਤੇ ਸਮਾਜ ਸ਼ਾਸਤਰ, ਆ 3 ਸਬਜੈਕਟਾਂ ਦੇ ਸਵਾਲ GS1 ਚ ਆਉਂਦੇ ਆ। ਚਾਰੇ GS ਦੇ ਪੇਪਰ 250-250 ਨੰਬਰ ਦੇ ਹੁੰਦੇ ਆ। ਜਿਹੜਾ ਪਹਿਲਾ 250 ਨੰਬਰ ਦਾ ਪੇਪਰ GS ਦਾ ਹੁੰਦਾ ਹੈ ਉਹਦੇ 'ਚੋਂ 60-70 ਨੰਬਰ ਦੇ ਸਵਾਲ ਇਕੱਲੀ ਜੋਗ੍ਰਾਫੀ ਦੇ ਆਉਂਦੇ ਆ, ਕਿੱਡਾ ਤਗੜਾ ਰੋਲ ਆ। 1500 ਨੰਬਰ ਦੀ ਪੇਪਰ ਦੀ ਮੈਰਿਟ ਬਣਨੀ ਆ, ਉਹ 'ਚੋਂ 60-70 ਨੰਬਰ ਦੀ ਜੋਗ੍ਰਾਫੀ ਆਉਣੀ ਆ। ਤਾਂ ਹੁਣ ਜੋਗ੍ਰਾਫੀ ਪ੍ਰੀ 'ਚ ਵੀ ਆਉਣੀ ਆ, ਮੇਨਸ 'ਚ ਵੀ ਆਉਣੀ ਆ। ਪਹਿਲਾਂ ਤੁਸੀਂ ਕੀ ਕਰੋ, ਜਿਹੜੇ ਬੱਚੇ ਤਿਆਰੀ ਕਰਨਾ ਚਾਹੁੰਦੇ ਆ, ਸਭ ਤੋਂ ਪਹਿਲ ਦੇ ਆਧਾਰ 'ਤੇ ਉਹ ਇੱਕ ਕੰਮ ਕਰਨ, ਸਭ ਤੋਂ ਪਹਿਲਾਂ ਤਾਂ ਉਹ ਇਹ ਦੇਖ ਲੈਣ, ਆਹ ਦੇਖੋ ਸਭ ਤੋਂ ਪਹਿਲਾਂ ਤਾਂ ਉਹ ਇਹ ਦੇਖ ਲੈਣ ਕਿ PCS ਦੇ ਪੇਪਰ 'ਚ ਜਿੰਨੇ ਵੀ ਅੱਜ ਤੱਕ ਪੇਪਰ ਹੋਏ ਆ ਨਵੇਂ ਪੈਟਰਨ ਦੇ, 2013 'ਚ, 15 'ਚ, 18 'ਚ ਅਤੇ 20 'ਚ, ਜਿੰਨੇ ਵੀ ਪੇਪਰ ਆਪਣੇ ਹੋਏ ਆ, ਜਿਵੇਂ ਸਪੋਜ਼ ਕਰੋ ਆਹ 2013 'ਚ PCS ਦੇ ਮੇਨਸ ਦੇ ਪੇਪਰ, ਜਿਵੇਂ ਆਹ ਉਦਾਹਰਣ ਦਿੰਦਾ ਮੈਂ ਤੁਹਾਨੂੰ ਐਗਜ਼ਾਮਪਲ, ਆਹ 2020 ਦਾ PCS ਦਾ ਮੇਨਸ ਦਾ ਪੇਪਰ ਆ, ਇੱਕ ਸਵਾਲ ਆਇਆ ਹੋਇਆ ਹੈ ਕਿ ਬਈ ਉੱਚ ਪਰਬਤੀ ਖੇਤਰ ਭੋ ਖਿਸਕਣ ਦਾ ਅਕਸਰ ਸ਼ਿਕਾਰ ਹੁੰਦੇ ਹਨ, ਭਾਵ ਹਾਈ ਮਾਊਂਟੇਨ ਏਰੀਆ ਆਰ ਪ੍ਰੋਨ ਟੂ ਲੈਂਡ ਸਲਾਈਡਸ, ਇਹਦੇ ਦੱਸੋ ਕਿ ਕਿਵੇਂ ਇਹਨਾਂ ਨੂੰ ਰੋਕਿਆ ਜਾ ਸਕਦਾ ਹੈ। ਹੁਣ ਅਗਲਾ ਕਿ COVID-19 ਕਰਕੇ ਮਤਲਬ ਕਿ ਅੰਤਰਰਾਸ਼ਟਰੀ ਲੈਵਲ 'ਤੇ ਮਾਈਗ੍ਰੇਸ਼ਨ, ਇਹ ਜੋਗ੍ਰਾਫੀ ਦਾ, ਹਿਊਮਨ ਜੋਗ੍ਰਾਫੀ ਦਾ ਸਵਾਲ ਆ। ਹੁਣ ਤੁਹਾਨੂੰ ਇੱਕ ਗੱਲ ਸਮਝ ਆ ਗਈ ਹੋਊਗੀ, ਇੱਥੋਂ ਨਾ ਮੈਂ ਤੁਹਾਨੂੰ ਦੋ ਗੱਲਾਂ ਦੱਸਦਾ
ਕਿ ਜਿਹੜਾ ਬੱਚਾ ਤਿਆਰੀ ਕਰ ਰਿਹਾ ਉਹਨੂੰ ਕਿਹੜੀ ਕਿਹੜੀ ਕਿਤਾਬ ਪੜ੍ਹਨੀ ਚਾਹੀਦੀ ਹੈ। ਜਿਹੜਾ ਬੱਚਾ ਜੋਗ੍ਰਾਫੀ ਦੀ ਤਿਆਰੀ ਕਰ ਰਿਹਾ ਨਾ, ਜੋਗ੍ਰਾਫੀ ਦੀ, ਉਹ ਪੰਜਾਬ ਬੋਰਡ ਦੀਆਂ 9ਵੀਂ ਤੋਂ ਲੈ ਕੇ 12ਵੀਂ ਤੱਕ ਦੀਆਂ ਜੋਗ੍ਰਾਫੀ ਦੀਆਂ ਕਿਤਾਬਾਂ ਪੜ੍ਹ ਲੇ। 9ਵੀਂ ਦੀਆਂ, 9ਵੀਂ ਤੋਂ ਲੈ ਕੇ 12ਵੀਂ ਕਲਾਸ ਦੀ, ਜੇ ਕੋਈ ਬੱਚਾ ਸੈਲਫ ਸਟੱਡੀ ਕਰ ਰਿਹਾ ਹੈ ਤਾਂ। ਜਿਹੜਾ ਬੱਚਾ ਸੈਲਫ ਸਟੱਡੀ ਕਰ ਰਿਹਾ ਹੋਵੇ ਉਹਦੇ ਲਈ ਸਭ ਤੋਂ ਸੂਟੇਬਲ ਆ ਕਿ ਉਹ 9ਵੀਂ ਕਲਾਸ ਤੋਂ ਲੈ ਕੇ 12ਵੀਂ ਕਲਾਸ ਦੀ ਪੰਜਾਬ ਬੋਰਡ ਦੀ ਕਿਤਾਬ ਪੜ੍ਹੇ, ਠੀਕ ਆ। ਉਹਦੇ 'ਚ ਹਾਂ ਇਹ ਗੱਲ ਅੱਡ ਆ ਕਿ ਸਪੋਜ਼ ਕਰੋ ਜੇ ਤੁਹਾਨੂੰ ਕੋਈ ਟੌਪਿਕ ਨਹੀਂ ਸਮਝ ਆਉਂਦਾ, ਤੁਹਾਨੂੰ ਲੱਗਦਾ ਸਾਨੂੰ ਕਿਸੇ ਮੈਂਟਰ ਦੀ ਲੋੜ ਆ, ਫਿਰ ਜ਼ਰੂਰ ਤੁਸੀਂ ਮਤਲਬ ਕਿ ਇੱਕ ਮੈਂਟਰ ਦੇਖੋ ਕਿ ਹਾਂ ਜਿਹੜਾ ਤੁਹਾਨੂੰ ਉਸ ਚੀਜ਼ ਨੂੰ ਸਰਲ ਕਰਕੇ ਪੜ੍ਹਾ ਸਕਦਾ ਹੈ। ਜਿਵੇਂ ਕਿ ਤੁਸੀਂ YouTube ਤੇ ਮੇਰੀ ਵੀਡੀਓ ਦੇਖ ਰਹੇ ਹੋ, ਇਸ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਸਾਡੀ ਪੂਰੀ ਦੀ ਪੂਰੀ IAS ਪ੍ਰੀ ਕਮ ਮੇਨਸ ਦੀ ਪਲੇਲਿਸਟ ਮਿਲ ਜੂਗੀ, ਜਿਹਦੇ 'ਚ ਤੁਸੀਂ ਦੇਖਿਆ ਹੋਊਗਾ ਕਿ ਜੋਗ੍ਰਾਫੀ ਕਿਵੇਂ ਪੰਜਾਬੀ 'ਚ ਪੜ੍ਹਾਈ ਜਾ ਸਕਦੀ ਹੈ। ਸਿਰਫ ਪੰਜਾਬੀ ਮੀਡੀਅਮ ਵਾਲੇ ਬੱਚਿਆਂ ਲਈ ਨਹੀਂ, ਇੰਗਲਿਸ਼ ਮੀਡੀਅਮ ਵਾਲੇ ਬੱਚਿਆਂ ਲਈ, ਜਿਹੜੇ ਕਹਿੰਦੇ ਕਿ ਸਰ ਘੱਟੋ ਘੱਟ ਪੰਜਾਬੀ 'ਚ ਸਮਝ ਆ ਜਾਂਦੀ ਆ, ਇੰਗਲਿਸ਼ 'ਚ ਲਿਖ ਲੈਣੀ ਅਸੀਂ। ਜਿਹੜੇ ਪੰਜਾਬੀ ਮੀਡੀਅਮ ਵਾਲੇ ਉਹਨਾਂ ਦੀ ਤਾਂ ਦੁਵਿਧਾ ਹੀ ਬਹੁਤ ਵੱਡੀ ਆ, ਉਹਨਾਂ ਨੂੰ ਤਾਂ ਪੰਜਾਬੀ ਮੀਡੀਅਮ 'ਚ ਵੋਕੈਬਲਰੀ ਨਹੀਂ ਲੱਭਦੀ। ਜੇ ਸ਼ਬਦਾਵਲੀ ਲੱਭ ਵੀ ਜਾਂਦੀ ਆ ਫਿਰ ਉਹ ਕਹਿੰਦੇ ਕਿ ਸਰ ਬੜੀ ਟੈਕਨੀਕਲ ਜੀ ਭਾਸ਼ਾ 'ਚ ਲਿਖਿਆ ਹੈ, ਕੋਈ ਸਮਝਾ ਦੇ। ਸੋ ਮੈਂ ਹਮੇਸ਼ਾ ਇੱਕ ਗੱਲ ਕਹਿੰਦਾ ਹੁੰਦਾ, ਯੂਟਿਊਬ ਤੇ ਬਹੁਤ ਸਾਰੇ ਪਲੇਟਫਾਰਮਸ ਨੇ, ਤੁਸੀਂ ਜੇ ਤੁਹਾਨੂੰ ਲੱਗਦਾ ਕਿ ਤੁਹਾਨੂੰ ਕਿਸੇ ਤੋਂ ਮੈਂਟਰਸ਼ਿਪ ਚਾਹੀਦੀ ਹੈ ਨਾ, ਪਹਿਲਾਂ ਸਾਰਿਆਂ ਦਾ ਕੰਟੈਂਟ ਚੈੱਕ ਕਰੋ, ਕਿਸੇ ਦੇ ਰਿਜ਼ਲਟ ਨਾ ਦੇਖੋ। ਦਿੱਲੀ ਤੋਂ ਕੰਪੀਟੀਸ਼ਨ ਕਮਿਸ਼ਨ ਆਫ ਇੰਡੀਆ ਜਾਂ ਭਾਰਤ ਸਰਕਾਰ ਨੇ ਇੱਕ ਨੋਟਿਸ ਇਸ਼ੂ ਕੀਤਾ ਹੈ ਕਿ ਜਿਹੜੇ ਵੀ ਬੱਚੇ PCS ਦੀ ਤਿਆਰੀ ਕਰਦੇ ਆ, IAS ਦੀ ਤਿਆਰੀ ਕਰਦੇ ਆ, ਉਹ ਜਿਹੜੇ ਵੀ ਇੰਸਟੀਟਿਊਟ ਤੋਂ ਮਾੜੇ ਜਿਹੇ ਨੋਟਸ ਮੰਗਾ ਲੈਂਦੇ ਆ ਜਾਂ ਕਿਸੇ ਤੋਂ ਵੈਸੇ ਹੀ ਇੰਟਰਵਿਊ ਦੇਣ ਚਲੇ ਜਾਂਦੇ, ਕਿਉਂਕਿ ਇੰਟਰਵਿਊ ਦੇ ਪ੍ਰੋਗਰਾਮ ਸਾਰੇ ਇੰਸਟੀਟਿਊਟਾਂ ਦੇ ਫ੍ਰੀ ਜਾਂ ਬਹੁਤ ਸਸਤੇ ਹੁੰਦੇ ਆ, ਉਹੀ ਉਹਨਾਂ ਦੀ ਫੋਟੋ ਮੰਗ ਲੈਂਦੇ ਆ ਤੇ ਰਿਜ਼ਲਟ ਤੋਂ ਬਾਅਦ ਫੋਟੋ ਲਾ ਦਿੰਦੇ ਆ। ਕਿਸੇ ਵੀ, ਮੈਂ ਤਾਂ ਇਹੋ ਜਿਹੇ ਇੰਸਟੀਟਿਊਟਸ ਨੂੰ ਵੀ ਜਾਣਦਾ, ਮੈਂ ਕਿਸੇ ਤੇ ਕਮੈਂਟ ਨਹੀਂ ਕਰੂੰਗਾ, ਜਿਹੜੇ ਸਾਲ ਉਹ ਹੋਂਦ 'ਚ ਆਏ ਆ ਉਸ ਸਾਲ ਜਿਹੜਾ PCS ਹੋਇਆ ਉਸ ਸਾਲ ਦੇ ਬੱਚਿਆਂ ਦੇ ਰਿਜ਼ਲਟ ਲਾਏ ਹੋਏ ਆ, ਮੈਂ ਸ਼ਹਿਰ ਦਾ ਨਾਮ ਹੀ ਨਹੀਂ ਦਊਂਗਾ ਤੇ ਇੰਸਟੀਟਿਊਟ ਦਾ ਨਾਮ ਹੀ ਨਹੀਂ ਲਊਗਾ, ਤਾਂ ਕਿ ਕੋਈ ਇਹ ਨਾ ਕਵੇ ਕਿ ਬਈ ਕਿਸੇ ਪਾਰਟੀਕੂਲਰ ਇੰਸਟੀਟਿਊਟ ਤੇ ਇਸ਼ਾਰਾ ਕੀਤਾ ਹੈ। ਅਸਲ ਦੇ ਵਿੱਚ ਕਹਾਣੀ ਇਹ ਆ ਕਿ ਸਪੋਜ਼ ਕਰੋ ਤੁਸੀਂ ਕਿਸੇ ਕੋਲ ਵੀ ਪੜ੍ਹਨ ਜਾ ਰਹੇ ਹੋ, ਉਹਨੂੰ ਕਹੋ ਕਿ ਸਰ YouTube ਤੇ ਤੁਹਾਡੇ ਸਬਜੈਕਟ ਦੇ ਲੈਕਚਰ ਪਏ ਹੋਣਗੇ, ਤੁਸੀਂ ਕਾਈਂਡਲੀ ਸਾਨੂੰ ਲੈਕਚਰਸ ਭੇਜੋ, ਅਸੀਂ ਇਹ ਤੈਅ ਕਰੀਏ ਕਿ ਤੁਹਾਡਾ ਜੋਗ੍ਰਾਫੀ, ਤੁਹਾਡਾ ਸਾਇੰਸ, ਤੁਹਾਡਾ ਸਾਇੰਸ ਟੈਕ ਪੜ੍ਹਾਉਣ ਦਾ ਤਰੀਕਾ ਕਿਵੇਂ ਦਾ ਹੈ। ਅੱਜ ਕੱਲ੍ਹ ਇੱਕ ਬੜਾ ਟ੍ਰੈਂਡ ਚੱਲ ਰਿਹਾ, ਸਟੂਡੈਂਟ ਫੋਨ ਕਰਕੇ ਪੁੱਛਦੇ ਆ ਕਿ ਸਰ ਸਾਨੂੰ ਪੰਜਾਬੀ ਮੀਡੀਅਮ 'ਚ ਪੜ੍ਹਾ ਦਿਓ, ਕਿ ਕਹਿੰਦੇ ਹਾਂਜੀ, ਬਾਅਦ 'ਚ ਪਤਾ ਲੱਗਦਾ ਕਿ ਮੱਥੇ ਮਾਰਦੇ ਆ ਇੰਗਲਿਸ਼ ਮੀਡੀਅਮ ਦਾ ਕੰਟੈਂਟ। ਦੂਜੀ ਗੱਲ, ਫਿਰ ਉੱਥੇ ਸਮਝਾਉਣ ਲੱਗ ਪੈਂਦੇ, ਉਹਨਾਂ ਨੂੰ ਮੈਨੂਪੁਲੇਟ ਕਰਦੇ ਆ ਕਿ ਬੱਚੇ ਪੰਜਾਬੀ ਮੀਡੀਅਮ ਦੇ ਵਿੱਚ ਨਾ ਰਿਜ਼ਲਟ ਨਹੀਂ ਆਉਂਦੇ। ਰਿਜ਼ਲਟ ਕਿੱਥੋਂ ਆਉਣੇ ਆ ਜਦੋਂ ਤੁਸੀਂ ਪੰਜਾਬੀ ਮੀਡੀਅਮ ਦਾ ਕੰਟੈਂਟ ਹੀ ਨਹੀਂ ਦੇ ਪਾਏ, ਜਦੋਂ ਤੁਸੀਂ ਜੋਗ੍ਰਾਫੀ ਪੰਜਾਬੀ 'ਚ ਪੜ੍ਹਾਈ ਨਹੀਂ ਜਾ ਕੇ, ਤੁਸੀਂ ਸੋਇਲ ਪ੍ਰੋਫਾਈਲ, ਤੁਸੀਂ ਪੰਜਾਬੀ ਦੇ ਇਨਵਾਇਰਮੈਂਟ ਦੇ ਅਡੈਪਟੇਸ਼ਨ ਹੋ ਗਿਆ, ਮਿਟੀਗੇਸ਼ਨ ਸ਼ਬਦ ਹੋ ਗਿਆ, ਤੁਸੀਂ ਇਹਨਾਂ ਦੀ ਪੰਜਾਬੀ ਹੋਰ, ਤੁਸੀਂ ਐਥਿਕਸ 'ਚ ਆ ਜਾਓ, ਓਨੈਸਟੀ ਤੇ ਇੰਟੀਗ੍ਰੇਟੀ ਨੂੰ ਤੁਸੀਂ ਇਮਾਨਦਾਰੀ ਲਿਖੀ ਜਾਓਗੇ, ਸੱਚੀ ਨਿਸ਼ਠਾ ਨਹੀਂ ਲਿਖੋਗੇ, ਤਾਂ ਤੁਸੀਂ ਆਪ ਸੋਚੋ ਜਦੋਂ ਤੁਸੀਂ ਐਥਿਕਸ ਦੇ ਪੇਪਰ 'ਚ ਜਾਂ ਬੱਚੇ ਨੂੰ ਪੰਜਾਬੀ ਦਾ ਟਰਮੀਨੋਲੋਜੀ ਨਹੀਂ ਪਤਾ, ਤੁਸੀਂ ਉਹਨੂੰ ਇੱਕ ਵਾਰੀ ਮਾੜੀ ਜੀ ਪੰਜਾਬੀ ਦੀ ਟਰਮੀਨੋਲੋਜੀ ਦੱਸ ਦਿਓ। ਬੱਚਾ ਕਹਿੰਦਾ ਬਾਕੀ ਸਾਰੀ ਸਟੋਰੀ ਆਉਂਦੀ ਸੀ ਮੈਨੂੰ, ਮੈਂ ਦਿਮਾਗ 'ਚ ਸਾਰਾ ਸੋਚ ਲਿਆ ਸੀਗਾ, ਪਰ ਮੈਨੂੰ ਇਹੀ ਨਹੀਂ ਸੀ ਪਤਾ ਕਿ ਟੈਂਪਰੇਟ ਸਾਈਕਲੋਨ ਨੂੰ ਸ਼ੀਤ ਊਸ਼ਣ ਚੱਕਰਵਾਤ ਕਹਿਣਾ ਹੈ, ਬਸ ਉੱਥੇ ਹੀ ਫਸ ਗਿਆ ਮੈਂ। ਇਟ ਮੀਨਸ ਜਦੋਂ ਅਕੈਡਮੀ ਦਾ ਓਨਰ ਜਾਂ ਮੈਂਟੋਰ ਉਸ ਭਾਸ਼ਾ ਦੇ ਵਿੱਚ ਕੰਟੈਂਟ ਨਹੀਂ ਪ੍ਰੋਵਾਈਡ ਕਰਾ ਪਾਉਂਦਾ, ਫਿਰ ਉਹ ਉਹਦੇ ਨੁਕਸਾਨ ਗਣਾਉਣੇ ਸ਼ੁਰੂ ਕਰ ਦਿੰਦਾ ਹੈ। ਇਹ ਸਭ ਤੋਂ ਵੱਡੀ ਲਿਮਿਟੇਸ਼ਨ ਆ। ਮੈਂ ਇਸ ਮੁੱਦੇ ਤੋਂ ਹਟ ਕੇ ਵਾਪਸ ਆ ਰਿਹਾ ਦੁਬਾਰਾ ਫਿਰ ਤਿਆਰੀ ਤੇ। ਤੁਸੀਂ ਮੈਨੂੰ ਕਹੋ ਕਿ ਸਰ ਜੋਗ੍ਰਾਫੀ ਦੀ ਤਿਆਰੀ PCS ਦੀ ਕਰਨੀ ਆ, ਸੈਲਫ ਸਟੱਡੀ ਕਰਨੀ ਆ, ਕਿੱਥੋਂ ਕਰੀਏ?
ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਜੋਗ੍ਰਾਫੀ ਦੀ 9ਵੀਂ ਤੋਂ ਲੈ ਕੇ 12ਵੀਂ ਦੀ ਕਿਤਾਬ 'ਚੋਂ ਤੁਹਾਨੂੰ ਸਿਲੇਬਸ ਜ਼ਰੂਰ ਲੱਭ ਜਾਊਗਾ। ਹਾਂ, ਇਹਦਾ ਮਤਲਬ ਆ ਸਾਰਾ ਕੁਝ ਉਹਦੇ ਨੇੜੇ ਤੇੜੇ ਹੋਊਗਾ। ਸਟੈਟਿਕ ਕਿਤਾਬਾਂ ਕੋਈ ਮੈਨੂੰ ਕਹਦੇ BA ਦੀ MA ਦੀ ਲੋੜ ਹੀ ਨਹੀਂ। ਪਰ ਇੱਕ ਗੱਲ ਬੜੀ ਕਲੀਅਰ ਆ ਕਿ ਰੱਟਾ ਨਹੀਂ ਮਾਰਨਾ। ਬਹੁਤ ਬੱਚੇ ਕਹਿੰਦੇ ਆ, ਬੱਚਿਆਂ ਦੀ ਆਦਤ ਆ ਕੰਟੈਂਟ ਇਕੱਠਾ ਕਰਕੇ ਰੱਖ ਲੈਣ ਦੀ, ਪਰ ਉਹਨੂੰ ਸਮਝਦੇ ਨਹੀਂ, ਸਮਝਾਉਂਦੇ ਨਹੀਂ। ਬਿਕੋਜ਼ ਇੱਕ ਚੀਜ਼ ਹਮੇਸ਼ਾ ਜ਼ਰੂਰੀ ਹੁੰਦੀ ਆ। ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ। ਇੱਥੇ ਤੁਸੀਂ 9ਵੀਂ ਕਲਾਸ ਤੋਂ 12ਵੀਂ ਕਲਾਸ 'ਚ ਇੱਕ 9ਵੀਂ ਕਲਾਸ ਦੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਕਿਤਾਬ ਆ, ਉਹਦਾ 9ਵੀਂ ਕਲਾਸ ਦੀ ਕਿਤਾਬ ਦਾ ਇੱਕ ਚੈਪਟਰ ਆ ਫਿਜ਼ੀਓਗ੍ਰਾਫੀ ਆਫ ਪੰਜਾਬ। ਠੀਕ ਆ, ਉਹ ਪਤਾ ਉਹਦਾ ਚੈਪਟਰ ਦਾ ਨਾਮ ਆ ਸ਼ਾਇਦ 1B ਜਾਂ 2B, ਫਿਜ਼ੀਓਗ੍ਰਾਫੀ ਆਫ ਪੰਜਾਬ, ਪੰਜਾਬ ਦੀ ਭੂਗੋਲਿਕ ਸ਼ਕਲ ਜਾਂ ਪੰਜਾਬ ਦਾ ਧਰਾਤਲ ਬਾਰੇ ਇੱਕ ਚੈਪਟਰ ਆ। ਤੁਸੀਂ ਉਹ ਕਿਤਾਬ ਤੋਂ ਚੈਪਟਰ ਪੰਜਾਬੀ ਮੀਡੀਅਮ 'ਚ ਪੜ੍ਹਿਓ, ਫਿਰ ਉਸ ਤੋਂ ਬਾਅਦ YouTube ਤੇ ਮੇਰੀ ਵੀਡੀਓ ਲੱਭਿਓ ਫਿਜ਼ੀਓਗ੍ਰਾਫੀ ਆਫ ਜਾਂ ਜੋਗ੍ਰਾਫੀ ਆਫ ਪੰਜਾਬ, ਆ ਲੇਟੈਸਟ ਜਨਵਰੀ 2024 ਜਾਂ ਫਰਵਰੀ 2024 'ਚ ਆ ਲਾਸਟ ਵਾਲੇ ਦਿਨਾਂ 'ਚ ਅਪਲੋਡ ਹੋਈ ਆ ਵੀਡੀਓ। ਤਾਂ ਤੁਸੀਂ ਚੈੱਕ ਕਰਿਓ ਉਸ ਵੀਡੀਓ ਨੂੰ, ਕਿ ਈਵਨ ਕਿ ਇਸ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਜਿਹੜੀ ਸਾਡੀ ਪਲੇਲਿਸਟ ਬਣੀ ਆ ਉਹਦੇ 'ਚ ਵੀ ਪਈ ਹੋਊਗੀ ਵੀਡੀਓ। ਜਦੋਂ ਤੁਸੀਂ ਉਸ ਵੀਡੀਓ ਨੂੰ ਦੇਖੋਗੇ ਜਾਂ ਉਸ ਵੀਡੀਓ ਬਾਰੇ ਤੁਹਾਨੂੰ ਉਸ 'ਚ ਲੈਕਚਰ ਲਾਓਗੇ, ਤੁਸੀਂ ਕਹੋਗੇ ਸਰ ਉਹੀ ਪੰਜਾਬੀ ਮੀਡੀਅਮ ਦਾ ਕੰਟੈਂਟ ਸੀ, ਪਰ ਲੈਕਚਰ ਲਾਉਣ ਤੋਂ ਬਾਅਦ ਪਤਾ ਲੱਗਿਆ ਕਿ ਕੰਡੀ ਦਾ ਏਰੀਆ ਕੀ ਆ ਜਾਂ ਉੱਥੋਂ ਦੀਆਂ ਪ੍ਰੋਬਲਮਸ ਕੀ ਨੇ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਸਿਰਫ ਪੜ੍ਹ ਕੇ ਉਹਨੂੰ ਕਰ ਸਕਦੇ ਹੋ, ਉਹਦੇ ਨਾਲ ਦੀ ਕੋਈ ਰੀਸ ਨਹੀਂ। ਕਿਉਂਕਿ ਮੈਂ ਹਮੇਸ਼ਾ ਇੱਕ ਗੱਲ ਕਹਿੰਦਾ, ਮੈਂ ਕਦੇ ਵੀ ਕੰਟੈਂਟ ਬਾਰੇ ਦੱਸਣ 'ਚ ਪਰਹੇਜ਼ ਨਹੀਂ ਕਰੂੰਗਾ। ਆਹ ਲਓ ਜੀ ਜੋਗ੍ਰਾਫੀ ਦਾ ਕੰਟੈਂਟ। ਸਿਮੀਲਰਲੀ ਜੇ ਕੋਈ ਹਿਸਟਰੀ ਦੀ ਗੱਲ ਕਵੇ, 11ਵੀਂ ਤੇ 12ਵੀਂ ਕਲਾਸ ਦੀ ਪੰਜਾਬ ਬੋਰਡ ਦੀ ਹਿਸਟਰੀ ਦੀ ਸਰਕਾਰੀ ਕਿਤਾਬ ਇੰਗਲਿਸ਼ ਮੀਡੀਅਮ 'ਚ ਤੇ ਪੰਜਾਬੀ ਮੀਡੀਅਮ 'ਚ। ਇੰਗਲਿਸ਼ 11ਵੀਂ ਦੀ ਕਿਤਾਬ ਏਨਸ਼ੰਟ ਮਿਡੀਵਲ ਮਾਡਰਨ ਕਵਰ ਕਰਦੀ ਹੈ ਤੇ 12ਵੀਂ ਦੀ ਕਿਤਾਬ ਪੰਜਾਬ ਦੀ ਹਿਸਟਰੀ ਕਵਰ ਕਰਦੀ ਹੈ। ਪੰਜਾਬੀ ਮੀਡੀਅਮ 'ਚ ਤੁਹਾਨੂੰ ਦੱਸ ਹੀ ਦਿੱਤਾ ਮੈਂ ਸਟੋਰੀ, ਉਮੀਦ ਕਰਦਾ ਕਿ ਸਮਝ ਆਈ ਗਈ ਹੋਊਗੀ। ਸੋ ਇਹ ਚੰਗੇ ਸਰੋਤ ਨੇ। ਇਸ ਤੋਂ ਬਾਅਦ ਪੰਜਾਬ ਬੋਰਡ ਦੀ ਜਿਹੜੀ 8ਵੀਂ ਦੀ ਕਲਾਸ ਆ, 7ਵੀਂ 8ਵੀਂ ਤੇ 9ਵੀਂ, 7ਵੀਂ 8ਵੀਂ ਤੋਂ 9ਵੀਂ ਦੀ, ਜਾਂ 8ਵੀਂ ਤੇ 9ਵੀਂ ਦੀ ਕਹਿ ਸਕਦੇ ਹੋ ਜ਼ਿਆਦਾ ਵਧੀਆ, 8ਵੀਂ ਤੇ 9ਵੀਂ ਦੀ ਸਾਇੰਸ ਦੀ ਕਿਤਾਬ ਇੰਗਲਿਸ਼ ਮੀਡੀਅਮ 'ਚ ਵੀ ਅਵੇਲੇਬਲ ਆ ਤੇ ਪੰਜਾਬੀ ਦੀ ਵੀ। ਸਿੱਧਾ ਇਹ ਕਹਿ ਦੇਣਾ 6ਵੀਂ ਤੋਂ 12ਵੀਂ ਦੀਆਂ ਕਿਤਾਬਾਂ ਪੜ੍ਹ ਲਓ, ਬੰਦਾ ਬੋਂਦਲ ਜਾਂਦਾ। ਉਹਨੂੰ ਦੱਸੋ ਕਿ ਕਿਹੜੇ ਸਬਜੈਕਟ ਦੀ ਕਿਹੜੀ ਕਿਤਾਬ ਪੜ੍ਹਨੀ ਆ। ਲਓ ਜੀ ਆਹ ਗੱਲ ਹੋ ਗਈ ਸੋਸਾਇਟੀ ਨਾਲ ਰਿਲੇਟਡ, ਜ਼ਿਆਦਾ ਐਥਿਕਸ ਨਾਲ ਰਿਲੇਟਡ। ਦੇਖੋ ਜਿਹੜਾ ਜਿਹੜਾ ਸਿਲੇਬਸ ਪੰਜਾਬ ਬੋਰਡ ਦੀਆਂ ਕਿਤਾਬਾਂ 'ਚ ਕਵਰ ਆ, ਪਹਿਲੀ ਗੱਲ ਉਹ ਪੂਰਾ ਸਿਲੇਬਸ ਨਹੀਂ ਕਵਰ, ਉਹ ਆਊਟਲਾਈਨ ਆ। ਬਹੁਤ ਹੱਦ ਤੱਕ ਜਦੋਂ ਤੁਸੀਂ ਜੋਗ੍ਰਾਫੀ ਪੜ੍ਹ ਲਓਗੇ ਤਾਂ ਤੁਹਾਨੂੰ ਲੱਗੂਗਾ ਕਿ ਹਾਂ ਬਹੁਤ ਹੱਦ ਤੱਕ ਸਵਾਲ ਕਵਰ ਹੋ ਗਏ। ਕਿੰਨੇ? ਇੱਕ ਸਾਲ 'ਚ ਜੋਗ੍ਰਾਫੀ ਦੇ ਮੇਨਸ ਦੇ 5 ਸਵਾਲ ਆਏ ਆ, 3 ਜ਼ਰੂਰ ਹੋ ਜਾਣਗੇ ਘੱਟੋ ਘੱਟ। ਇਹ ਤਾਂ ਬਹੁਤ ਆ ਕਿ ਗਾਈਡੈਂਸ ਮਿਲ ਗਈ ਸਾਨੂੰ, ਜੋਗ੍ਰਾਫੀ ਬਾਰੇ ਭੂਮਿਕਾ ਪਤਾ ਲੱਗ ਗਈ। ਉਸ ਤੋਂ ਬਾਅਦ ਫਿਰ ਜਿਹੜੀਆਂ ਸਟੈਂਡਰਡ ਕਿਤਾਬਾਂ ਹੁੰਦੀਆਂ ਹੈ ਫਿਰ ਉਹਨਾਂ 'ਚ ਆ ਜਾਂਦਾ ਬੰਦਾ। ਠੀਕ ਆ, ਜਾਂ ਜਿਹੜੇ ਟੀਚਰਸ ਪੜ੍ਹਾਉਂਦੇ ਆ ਜਾਂ ਲੈਕਚਰਸ ਲੱਗਦੇ ਆ ਬੇਸਿਕਲੀ, ਫਿਰ ਉਸ ਜਦੋਂ ਤੁਸੀਂ 9ਵੀਂ ਤੋਂ 12ਵੀਂ ਕਲਾਸ ਦੀ ਕਿਤਾਬ ਪੜ੍ਹ ਲਈ ਨਾ ਥੋਰੋਲੀ, ਲਿਖ ਕੇ ਲੈ ਲਓ, ਜਿਹੜਾ ਬੰਦਾ ਸੈਲਫ ਸਟੱਡੀ ਦੀ ਜਿੱਦ ਕਰਕੇ ਬੈਠਾ ਹੈ ਉਹ ਫਿਰ ਅੱਗੇ ਆਪਣੇ ਰਾਹ ਆਪ ਲੱਭ ਲੈਂਦਾ ਹੈ। ਕਿਉਂਕਿ ਜਦੋਂ ਕਿਸੇ ਟੀਚਰ ਦਾ ਮਕਸਦ ਇਹ ਨਹੀਂ ਹੁੰਦਾ ਕਿ ਰਾਹ ਐਂਡ ਤੱਕ ਛੱਡ ਕੇ ਆਉਣਾ, ਰਾਹ ਦਿਖਾਉਣਾ ਮਕਸਦ ਹੁੰਦਾ ਹੈ। ਸਾਇੰਸ ਦਾ ਦੱਸਤਾ, ਇਹ ਵੀ ਦੱਸਤਾ। ਸਿਮੀਲਰਲੀ ਜੇ ਤੁਸੀਂ ਮੈਨੂੰ ਕਹੋਗੇ ਕਿ ਸਰ ਮੈਂ 12ਵੀਂ 10ਵੀਂ ਕਲਾਸ ਦੀ ਇਕਨੋਮੀ ਪੜ੍ਹ ਲਈ ਆ, ਵੈਸੇ ਇਕਨੋਮੀ ਬਾਰੇ ਮੈਂ ਇੱਕ ਗੱਲ ਕਹਿ ਦਾਂ, ਇਕਨੋਮੀ ਜ਼ਿਆਦਾਤਰ ਜਿਹੜੀ ਆ ਉਹ ਸਾਨੂੰ ਇਕਨੋਮੀ ਦੀ ਕੋਈ ਬਹੁਤੀ ਵਧੀਆ ਕਿਤਾਬ ਸਾਨੂੰ ਮਿਲਦੀ ਨਹੀਂ, ਤੇ ਵੈਸੇ ਵੀ ਇਕਨੋਮੀ ਨਾਲ ਸੰਬੰਧਿਤ ਅਰਥ ਵਿਵਸਥਾ ਨਾਲ ਸੰਬੰਧਿਤ ਜਿਹੜੇ ਲੇਖ ਆ ਉਹ ਤੁਸੀਂ ਪੰਜਾਬੀ ਟ੍ਰਿਬਿਊਨ 'ਚੋਂ ਜਾਂ ਇੰਗਲਿਸ਼ ਟ੍ਰਿਬਿਊਨ 'ਚੋਂ ਪੜ੍ਹ ਸਕਦੇ ਹੋ। ਮੈਂ ਉਹੀ ਕਿਤਾਬਾਂ ਇੱਥੇ ਦੱਸ ਰਿਹਾ ਜਿਹੜੀਆਂ ਕਿਤਾਬਾਂ ਦੇ ਨਾਲ ਤੁਸੀਂ, ਜਿਨ੍ਹਾਂ ਕਿਤਾਬਾਂ ਨੂੰ ਜਾਂ ਜਿਹੜੀਆਂ ਚੀਜ਼ਾਂ ਨੂੰ ਤੁਸੀਂ ਦੋਵਾਂ ਭਾਸ਼ਾਵਾਂ 'ਚ ਹਾਸਲ ਕਰ ਸਕਦੇ ਹੋ।
ਸਭ ਤੋਂ ਪਹਿਲੀ ਗੱਲ, ਮੈਂ ਤਿਆਰੀ ਦਾ ਇੱਕ ਹੋਰ ਤਰੀਕਾ ਦੱਸਦਾ ਤੁਹਾਨੂੰ। ਤੁਹਾਨੂੰ ਨਾ ਆਪਣੀ ਤਿਆਰੀ ਨੂੰ ਦੋ ਹਿੱਸਿਆਂ 'ਚ ਵੰਡਣਾ ਪਊਗਾ। ਪਹਿਲਾਂ ਉਹ ਸਬਜੈਕਟ ਕਰੋ ਜਿਹੜੇ ਪ੍ਰੀ ਅਤੇ ਮੇਨਸ 'ਚ ਸਾਂਝੇ ਆ, ਫਿਰ ਉਹ ਸਬਜੈਕਟ ਕਰਿਓ ਜਿਹੜੇ ਮੇਨਸ ਇਕੱਲੇ 'ਚ ਆਉਣੇ ਆ। ਪ੍ਰੀ ਅਤੇ ਮੇਨਸ ਦੇ ਸਾਂਝੇ ਸਬਜੈਕਟ ਕਿਹੜੇ ਆ? ਸਭ ਤੋਂ ਮੇਨ ਹਿਸਟਰੀ, ਦੂਜੇ ਨੰਬਰ 'ਤੇ ਜੋਗ੍ਰਾਫੀ, ਤੀਜੇ ਨੰਬਰ 'ਤੇ ਪੰਜਾਬ ਪੰਜਾਬ, ਚੌਥੇ ਨੰਬਰ 'ਤੇ ਜਿਹੜਾ ਸਬਜੈਕਟ ਹੈਗਾ ਦੈਟ ਇਜ਼ ਇਕੋਨਮੀ ਅਰਥ ਵਿਵਸਥਾ, ਪੰਜਵੇਂ ਨੰਬਰ 'ਤੇ ਜਿਹੜਾ ਸਬਜੈਕਟ ਹੈਗਾ ਦੈਟ ਇਜ਼ ਇਨਵਾਇਰਮੈਂਟ EVS ਵਾਤਾਵਰਨ। ਇਹ ਵਾਤਾਵਰਨ ਤੁਹਾਨੂੰ 12ਵੀਂ ਕਲਾਸ ਦੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਪੰਜਾਬੀ ਜਾਂ ਇੰਗਲਿਸ਼ ਮੀਡੀਅਮ ਦੀ ਬਾਇਓਲੋਜੀ ਦੀ ਕਿਤਾਬ ਦਾ ਲਾਸਟ ਵਾਲੇ ਦੋ ਚੈਪਟਰ ਮਿਲਣਗੇ, ਤੇ 11ਵੀਂ ਕਲਾਸ ਦੀ ਇਨਵਾਇਰਮੈਂਟ ਦੀ ਸਾਰੀ ਕਿਤਾਬ, ਪਲੱਸ 7ਵੀਂ ਤੇ 8ਵੀਂ ਕਲਾਸ ਦੀ ਜੋਗ੍ਰਾਫੀ ਦੀ ਕਿਤਾਬ। ਇਹ ਸ਼ਬਦ ਬੋਲਿਆ ਮੈਂ, ਇਹ ਮਿਲ ਕੇ ਇਨਵਾਇਰਮੈਂਟ ਸਾਰਾ ਤਾਂ ਨਹੀਂ ਪੂਰਾ ਕਰਨਗੇ, ਪਰ ਤੁਹਾਨੂੰ ਇਨਵਾਇਰਮੈਂਟ ਨਾਲ ਸੰਬੰਧਿਤ ਸਰੋਤ ਇੱਥੋਂ ਇੱਥੋਂ ਮਿਲ ਜਾਣਗੇ। ਇਹ ਸਭ ਤੋਂ ਇੰਪੋਰਟੈਂਟ ਗੱਲ ਆ ਕੀ ਕਰਨਾ ਹੈ ਆਪਾਂ। ਲਓ ਜੀ, ਇਹ ਸਬਜੈਕਟ ਜਿਹੜੇ ਆ ਨਾ, ਫਿਰ ਉਸ ਤੋਂ ਬਾਅਦ ਇੱਕ ਸਬਜੈਕਟ ਸਾਇੰਸ, 7, 8ਵੀਂ ਤੇ 9ਵੀਂ ਕਲਾਸ ਦੀ ਪੰਜਾਬ ਸਕੂਲ ਐਜੂਕੇਸ਼ਨ ਦੀ ਪੰਜਾਬੀ ਮੀਡੀਅਮ ਦੀ ਤੇ ਇੰਗਲਿਸ਼ ਮੀਡੀਅਮ ਦੀ ਕਿਤਾਬ। ਉਹ ਡਿਪੈਂਡ ਕਰਦਾ ਕਿ ਤੁਸੀਂ ਕਿਹੜੇ ਮੀਡੀਅਮ 'ਚ ਤਿਆਰੀ ਕਰ ਰਹੇ ਹੋ। ਆ ਜਾਓ ਹੁਣ ਮੇਨਸ ਵਾਲੇ ਪਾਸੇ। ਮੇਨਸ ਦੇ ਜਿਹੜੇ ਸਬਜੈਕਟ ਹੁੰਦੇ ਆ, ਜਿਵੇਂ ਵਰਲਡ ਹਿਸਟਰੀ ਹੋ ਗਿਆ, ਗਵਰਨੈਂਸ ਹੋ ਗਈ, ਡਿਜ਼ਾਸਟਰ ਮੈਨੇਜਮੈਂਟ, ਆਪਦਾ ਪ੍ਰਬੰਧਨ ਹੋ ਗਿਆ, ਆ ਹੜ੍ਹ ਪੀੜਤ ਹੜ੍ਹ ਵਗੈਰਾ ਜਿਹੜੇ ਆਉਂਦੇ ਆ, ਆ ਜਿਹੜਾ ਆਪਣਾ ਗਵਰਨੈਂਸ ਸ਼ਾਸਨ ਹੋ ਗਿਆ, ਠੀਕ ਆ। ਇੱਕ ਕਿਤਾਬ ਸਬਜੈਕਟ ਇੱਧਰ ਹੋਰ ਬੜਾ ਫੇਮਸ ਰਹਿ ਗਿਆ, ਪੋਲਿਟੀ, ਸਿਵਿਕਸ ਜਿਹਨੂੰ ਆਪਾਂ ਕਹਿੰਦੇ ਆ। ਪੋਲਿਟੀ ਵਾਸਤੇ ਤੁਸੀਂ ਕੀ ਪੜ੍ਹੋਗੇ? ਪੋਲਿਟੀ ਵਾਸਤੇ ਤਾਂ ਤੁਸੀਂ BA ਦੀ ਕੋਈ ਵੀ ਕਿਤਾਬ ਜਿਹਦੇ 'ਚ ਭਾਰਤ ਦਾ ਸੰਵਿਧਾਨ ਹੋਵੇ ਸਾਰੀ ਪੜ੍ਹ ਲਓ। ਜੇ ਤੁਸੀਂ ਪੋਲਿਟੀ ਚੰਗੀ ਤਰ੍ਹਾਂ ਪੜ੍ਹ ਲਈ, ਕੱਲ ਨੂੰ ਗਵਰਨੈਂਸ ਦਾ ਕੰਟੈਂਟ ਬੜੀ ਆਸਾਨੀ ਨਾਲ ਮਿਲ ਜਾਊਗਾ। ਤੁਸੀਂ ਜੋਗ੍ਰਾਫੀ ਚੰਗੀ ਤਰ੍ਹਾਂ ਪੜ੍ਹ ਲਈ ਤੇ ਇਨਵਾਇਰਮੈਂਟ ਚੰਗੀ ਤਰ੍ਹਾਂ ਪੜ੍ਹ ਲਈ, ਇਹਨਾਂ ਦੋਵਾਂ ਦੇ ਜੋੜ ਨਾਲ ਡਿਜ਼ਾਸਟਰ ਮੈਨੇਜਮੈਂਟ ਦਾ। ਇੰਡੀਆ ਤੇ ਜੋਗ੍ਰਾਫੀ ਤੇ ਪੋਲਿਟੀ ਚੰਗੀ ਤਰ੍ਹਾਂ ਪੜ੍ਹ ਲਈ ਤਾਂ ਸਿਕਿਉਰਿਟੀ, ਅੰਦਰੂਨੀ ਸੁਰੱਖਿਆ ਭਾਰਤ ਦੀ ਉਹਦਾ। ਤੇ ਇੱਕ ਗੱਲ ਹੋਰ, ਇੱਕ ਸਬਜੈਕਟ ਥੋੜਾ ਜਿਹਾ ਸੱਖਣਾ ਹੋ ਜਾਂਦਾ ਹੈ, ਐਥਿਕਸ, ਨੈਤਿਕ ਸ਼ਾਸਤਰ। ਇਹ ਇੱਕ ਟਿਪੀਕਲ ਜਿਹਾ ਸਬਜੈਕਟ ਆ, ਪਰ ਇੰਨਾ ਵੀ ਔਖਾ ਨਹੀਂ, ਇਹਦਾ ਸਿਲੇਬਸ ਬਹੁਤ ਆਸਾਨ ਆ, ਕਿਤਿਓਂ ਵੀ ਤੁਸੀਂ ਪੜ੍ਹ ਸਕਦੇ ਹੋ ਬਾਅਦ 'ਚ ਇਹਨੂੰ, ਠੀਕ ਆ। ਫਿਰ ਉਸ ਤੋਂ ਬਾਅਦ ਸਭ ਤੋਂ ਮੇਨ ਆਪਾਂ ਨੂੰ ਆ ਗਿਆ ਸਾਇੰਸ ਟੈਕ। ਜਿਹਨੇ ਸਾਇੰਸ ਪੜ੍ਹ ਲਈ ਉਹਦੀ ਸਾਇੰਸ ਟੈਕ ਦੇ ਵਿੱਚ, ਸਾਇੰਸ ਤੇ ਤਕਨੀਕ ਦੇ ਵਿੱਚ ਵੈਸੀ ਸਮਝ ਬੜੀ ਵਧੀਆ ਡਿਵੈਲਪ ਹੋ ਜਾਂਦੀ ਹੈ। ਇਹਦਾ ਮਤਲਬ ਜਿਹੜਾ ਬੰਦਾ ਪਹਿਲਾਂ ਇਹ ਸਬਜੈਕਟ ਤਿਆਰ ਕਰੂਗਾ ਨਾ, ਉਹ ਬੰਦਾ ਮੇਨਸ ਦੇ ਸਬਜੈਕਟਾਂ ਤੇ, ਕਿਉਂਕਿ ਮੇਨਸ ਦੇ ਸਬਜੈਕਟ ਛੋਟੇ ਹੁੰਦੇ ਆ, ਇਹਨਾਂ ਦੇ ਸਿੱਧੇ ਸਿੱਧੇ ਸਰੋਤ ਬਾਜ਼ਾਰਾਂ ਦੇ ਵਿੱਚ ਵੀ ਅਵੇਲੇਬਲ ਆ, ਹਰ ਦੋਵਾਂ ਮੀਡੀਅਮਸ 'ਚ ਅਵੇਲੇਬਲ ਆ। ਇਹਦੇ ਨਾਲ ਨਾਲ ਆਦਤ ਪਾ ਲਓ ਪੰਜਾਬੀ ਟ੍ਰਿਬਿਊਨ ਪੜ੍ਹਨ ਦੀ। ਸੋ ਉਮੀਦ ਕਰਦਾ ਕਿ ਸਭ ਤੋਂ ਪਹਿਲੀ ਗੱਲ ਤਾਂ ਤੁਹਾਨੂੰ ਇਹ ਕਨਸੈਪਟ ਚੰਗੀ ਤਰ੍ਹਾਂ ਸਮਝ ਆ ਗਏ ਹੋਣਗੇ ਕਿ ਮੈਂ ਕਹਿਣਾ ਕੀ ਚਾਹੁੰਦਾ। ਅਸੀਂ ਸਭ ਤੋਂ ਪਹਿਲਾਂ ਇਹੀ ਚੀਜ਼ ਟਾਰਗੇਟ ਕੀਤੀ ਆ, ਉਹੀ ਸਬਜੈਕਟ ਟਾਰਗੇਟ ਕੀਤੇ ਆ ਜਿਹੜੇ ਪ੍ਰੀ ਤੇ ਮੇਨਸ ਦੇ ਸਾਂਝੇ ਸਬਜੈਕਟ ਆ, ਠੀਕ ਆ। ਜਿਹੜੇ ਪ੍ਰੀਲਿਮਸ ਤੇ ਮੇਨਸ ਦੇ ਪੇਪਰ ਦੇ ਸਾਂਝੇ ਸਬਜੈਕਟ ਆ, ਅਸੀਂ ਸਭ ਤੋਂ ਪਹਿਲਾਂ ਉਹਨਾਂ ਨੂੰ ਟਾਰਗੇਟ ਕਰਾਂਗੇ, ਫਿਰ ਇਕੱਲੇ ਮੇਨਸ ਵਾਲੇ ਸਬਜੈਕਟਾਂ ਨੂੰ ਟਾਰਗੇਟ ਕਰਾਂਗੇ। ਤੇ ਜੇ ਤੁਸੀਂ ਕਹੋਗੇ ਕਿ ਇਹਦੇ ਤੋਂ ਇਹ ਇਸ ਤੋਂ ਬੈਸਟ ਸਟ੍ਰੈਟੇਜੀ ਮੈਂ ਨਹੀਂ ਮੰਨਦਾ ਕਿ ਪੰਜਾਬ ਦੇ PCS ਦੀ ਤਿਆਰੀ ਦੀ ਕੋਈ ਹੋ ਸਕਦੀ ਹੈ। ਸੋ ਸਭ ਤੋਂ ਪਹਿਲਾਂ ਤਾਂ ਸਾਨੂੰ ਇੱਕ ਗੱਲ ਇਹ ਸਮਝ ਆ ਗਈ ਕਿ ਅਸੀਂ ਜਿਹੜੀ ਤਿਆਰੀ ਆ ਪੰਜਾਬ ਦੇ PCS ਦੀ, ਉਹਦਾ ਕੀ ਪਲਾਨ ਬਣਾਇਆ। ਸਭ ਤੋਂ ਪਹਿਲਾਂ ਅਸੀਂ ਉਸ ਤਿਆਰੀ ਦੇ ਵਿੱਚ, ਇੱਕ ਮਿੰਟ ਦਿਓ, ਹਾਂਜੀ, ਸਭ ਤੋਂ ਪਹਿਲਾਂ ਤਾਂ ਅਸੀਂ ਇਸ ਤਿਆਰੀ 'ਚ ਜੋ ਸਭ ਤੋਂ ਪਹਿਲਾਂ ਕੰਮ ਕੀਤਾ ਉਹ ਇਹ ਆ ਕਿ ਜਿਹੜੇ ਸਬਜੈਕਟ ਪੰਜਾਬ ਦੇ ਇਕੱਲੇ PCS ਦੇ ਪ੍ਰੀ 'ਚ ਆਉਣੇ ਆ, ਉਹਨਾਂ ਸਬਜੈਕਟਾਂ ਨੂੰ ਅੱਡ ਤਿਆਰ ਕੀਤਾ ਆਪੋ ਆਪਣੇ ਮਨਪਸੰਦ ਦੇ ਮੀਡੀਅਮ 'ਚ। ਫਿਰ ਉਸ ਤੋਂ ਬਾਅਦ ਆਪਾਂ ਉਹ ਸਬਜੈਕਟ ਚੱਕੇ ਜਿਹੜੇ ਕਿਹੜੇ ਆ ਜੀ, ਮੇਨਸ ਦੇ, ਠੀਕ ਆ। ਹੁਣ ਇੱਕ ਗੱਲ ਹੋਰ,
ਸਭ ਤੋਂ ਵੱਡੀ ਗੱਲ, ਜਿਹੜਾ ਬੰਦਾ PCS ਦੀ ਤਿਆਰੀ ਕਰ ਰਿਹਾ ਉਹਦੇ ਲਈ ਸਭ ਤੋਂ ਵੱਡਾ ਰੌਲਾ ਹੁੰਦਾ ਨੋਟਸ ਮੇਕਿੰਗ ਤੇ ਇੱਕ ਆਨਸਰ ਰਾਈਟਿੰਗ ਪ੍ਰੋਗਰਾਮ। ਠੀਕ ਆ, ਜਿਵੇਂ ਕਿ ਹੁਣ ਫਰਵਰੀ ਚੜ ਰਹੀ ਆ, ਜਿਹੜੇ ਸਟੂਡੈਂਟਸ ਮੇਰੇ ਨਾਲ ਇਨਰੋਲਡ ਨੇ ਉਹਨਾਂ ਨੂੰ ਤੇ ਮੈਂ ਸਖਤੀ ਨਾਲ ਇਹ ਮੈਸੇਜ ਦੇਣਾ ਸ਼ੁਰੂ ਕਰਤਾ ਕਿ ਆਨਸਰ ਰਾਈਟਿੰਗ ਪ੍ਰੋਗਰਾਮ 'ਚ ਆਪਣੇ ਆਪ ਨੂੰ ਜਲਦੀ ਜਲਦੀ ਆਨਸਰ ਰਾਈਟਿੰਗ ਪ੍ਰੋਗਰਾਮ ਨੂੰ ਸ਼ੁਰੂ ਕਰੋ, ਕਿਉਂਕਿ ਉਹਨਾਂ 'ਚੋਂ ਬਹੁਤ ਬੱਚੇ ਹਜੇ ਪ੍ਰੀਲਿਮਸ ਬੇਸਡ ਪੇਪਰਾਂ ਦੀ ਸਬਜੈਕਟਾਂ ਨੂੰ ਲੱਗੇ ਹੋਏ ਆ। ਮੰਨ ਲਓ ਪੇਪਰ ਦੀ ਨੋਟੀਫਿਕੇਸ਼ਨ ਤੋਂ ਲੈ ਕੇ ਮੇਨਸ ਦੇ ਪੇਪਰ ਤੱਕ ਬੇਸ਼ੱਕ 2025 ਦੀ ਜਨਵਰੀ ਆ ਜਾਏ ਜਾਂ 2024 ਦਾ ਨਵੰਬਰ ਆ ਜਾਏ, ਪਰ ਫਿਰ ਵੀ ਜੇ ਉਹ ਫਰਵਰੀ 'ਚ ਮੇਨਸ ਦੀ ਆਨਸਰ ਰਾਈਟਿੰਗ ਸ਼ੁਰੂ ਕਰਨਗੇ, ਖਿੱਚਦੇ ਧੂੰਦੇ ਜੂਨ ਤੱਕ ਲੈ ਜਾਣਗੇ ਉਸ ਚੀਜ਼ ਨੂੰ, ਤਾਂ ਘੱਟੋ ਘੱਟ ਉਹਨਾਂ ਦੀ ਆਨਸਰ ਰਾਈਟਿੰਗ ਇੱਕ ਵਾਰ ਜ਼ਰੂਰ ਪ੍ਰੀਲਿਮਸ ਦੇ ਪੇਪਰ ਤੋਂ ਪਹਿਲਾਂ ਪਹਿਲਾਂ ਕਲੀਅਰ ਹੋ ਜਾਏ, ਇੱਕ ਵਾਰ ਉਹਨਾਂ ਨੂੰ ਲਿਖਣਾ ਆ ਜਾਏ, ਭਾਵੇਂ ਉਹਨਾਂ ਦਾ ਮੀਡੀਅਮ ਇੰਗਲਿਸ਼ ਆ ਭਾਵੇਂ ਪੰਜਾਬੀ ਆ। ਕਿਉਂਕਿ ਜੇ ਤੁਸੀਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ 'ਚ ਜਾਓਗੇ ਨਾ, ਤਾਂ ਤੁਸੀਂ ਨਾ ਇੱਕ ਸਾਡਾ PCS ਮੇਨਸ ਦੀ ਪਲੇਲਿਸਟ ਬਣੀ ਹੋਈ ਆ। ਪਹਿਲੀ ਵੀਡੀਓ ਆ PCS ਪ੍ਰੀਲਿਮਸ ਦੇ ਸਿਲੇਬਸ ਦੀ, ਦੂਜੀ ਵੀਡੀਓ ਆ PCS ਦੇ ਮੇਨਸ ਦੇ ਸਿਲੇਬਸ ਦੀ ਤੇ ਸਾਡੇ ਆਨਸਰ ਰਾਈਟਿੰਗ ਪ੍ਰੋਗਰਾਮ ਦੀ, ਤੀਜੀ ਆ PCS ਦੇ ਪ੍ਰੀਲਿਮਸ ਵਾਲੇ ਸਬਜੈਕਟਾਂ ਦੀ ਕਿ ਪ੍ਰੀਲਿਮਸ 'ਚ ਜਿਹੜੇ ਪੇਪਰ ਸਬਜੈਕਟ ਆਉਂਦੇ ਆ ਉਹਨਾਂ ਨੂੰ ਅਸੀਂ ਪੰਜਾਬੀ ਤੇ ਇੰਗਲਿਸ਼ ਮੀਡੀਅਮ 'ਚ ਕਿਵੇਂ ਪੜ੍ਹਾਵਾਂਗੇ। ਫਿਰ ਚੌਥੀ ਵੀਡੀਓ ਆ ਮੇਨਸ ਵਾਲੀ, ਜਿਹਦੇ 'ਚ ਅਸੀਂ ਇਹ ਦੱਸਾਂਗੇ ਕਿ ਮੇਨਸ ਦਾ ਆਨਸਰ ਰਾਈਟਿੰਗ ਪ੍ਰੋਗਰਾਮ ਜਿਹੜਾ ਹੈ ਉਹ ਕੀ ਆ ਸਾਡਾ, ਅਸੀਂ ਕਿਵੇਂ ਕਿਸੇ ਬੱਚੇ ਨੂੰ ਆਨਸਰ ਲਿਖਣਾ ਸਿਖਾਉਂਦੇ ਹਾਂ, ਜਿਵੇਂ ਉਦਾਹਰਣ ਦੇ ਤੌਰ ਤੇ ਕਿਸੇ ਇੱਕ ਟੌਪਿਕ ਦਾ ਆਨਸਰ, ਹਿਸਟਰੀ ਦਾ ਆਨਸਰ ਕਿਵੇਂ ਲਿਖਣਾ ਸਿਖਾਵਾਂਗੇ, ਜੋਗ੍ਰਾਫੀ ਦਾ ਆਨਸਰ ਕਿਵੇਂ ਲਿਖਣਾ ਸਿਖਾਵਾਂਗੇ, ਜਾਂ ਕਿਸੇ ਤੀਸਰੇ ਸਬਜੈਕਟ ਦਾ ਆਨਸਰ ਕਿਵੇਂ ਲਿਖਣਾ ਸਿਖਾਵਾਂਗੇ, ਹਰ ਸਬਜੈਕਟ ਨਾਲ ਸੰਬੰਧਿਤ ਕਿਵੇਂ ਦਾ ਸਵਾਲ ਪੇਪਰ 'ਚ ਆ ਸਕਦਾ ਹੈ, ਉਹਦੇ ਨਾਲ ਸੰਬੰਧਿਤ ਕਿਹੜੀ ਚੀਜ਼ ਪੇਪਰ 'ਚ ਕਿਵੇਂ ਲਿਖਣੀ ਆ ਮੇਨਸ ਦੇ ਹਿਸਾਬ ਨਾਲ, ਉਹ ਚੀਜ਼ ਮੇਨਸ ਦੇ ਨੋਟਸ ਕਿਵੇਂ ਬਣਾਉਣੇ ਆ ਉਹ ਚੀਜ਼। ਹਾਂ ਹੁਣ ਸਪੋਜ਼ ਕਰੋ ਕਈ ਸਟੂਡੈਂਟ ਇਹ ਦੇਖਣਾ ਚਾਹੁੰਦੇ ਆ ਕਿ ਸਰ ਮੇਨਸ ਦੀ ਆਨਸਰ ਰਾਈਟਿੰਗ 'ਚ ਇਹੋ ਜਿਹਾ ਕੀ ਚੀਜ਼ ਆ ਜਾਂ ਇਹੋ ਜਿਹੀ ਕੀ ਕਹਾਣੀ ਆ ਉਹ ਕਿਵੇਂ ਲਿਖਿਆ ਜਾ ਸਕਦਾ ਹੈ। ਵਿਸ਼ੇਸ਼ ਰੂਪ ਦੇ ਵਿੱਚ ਜਿਹੜੇ ਪੰਜਾਬੀ ਮੀਡੀਅਮ ਵਾਲੇ ਸਟੂਡੈਂਟ ਆ ਉਹਨਾਂ ਨੂੰ ਮੈਂ ਨਾ ਇੱਕ ਤਰੀਕਾ ਦੱਸਦਾ ਕਿ ਮੇਨਸ ਦੀ ਆਨਸਰ ਰਾਈਟਿੰਗ ਕਿਵੇਂ ਦੇਖੀ ਜਾ ਸਕਦੀ ਆ। ਲਓ ਜੀ, ਉਹਦੇ ਵਾਸਤੇ ਨਾ ਤੁਸੀਂ ਕੀ ਕਰੋਗੇ, ਸਭ ਤੋਂ ਮੇਨ ਗੱਲ ਤੁਸੀਂ ਮਾਸਟਰ ਕਲਾਸਿਸ ਪਟਿਆਲਾ ਦੀ ਐਪਲੀਕੇਸ਼ਨ ਤੇ ਜਾ ਕੇ ਨਾ ਇਹ ਲੋਗੋ ਆ ਸਾਡਾ ਮਾਸਟਰ ਕਲਾਸਿਸ ਪਟਿਆਲਾ ਦਾ, ਇਹ ਲੋਗੋ ਆ ਇਹਦੇ 'ਚ ਹੈਗਾ ਏ ਐਂਡਰੋਇਡ ਤੇ ਐਪ ਦਾ ਨਾਮ ਆ ਮਾਸਟਰ ਕਲਾਸਿਸ ਪਟਿਆਲਾ, ਆਈਫੋਨ ਤੇ ਨਾਮ ਆ ਮਾਈ ਇੰਸਟੀਟਿਊਟ ਤੇ ORG ਕੋਡ MVWOG। ਜਦੋਂ ਤੁਸੀਂ ਇਹ ਭਰਿਆ ਤਾਂ ਤੁਸੀਂ ਤੁਹਾਡੇ ਸਾਹਮਣੇ ਇਸ ਤਰੀਕੇ ਦੀ ਫੋਨ ਤੇ ਟੈਬ ਖੁੱਲ ਜੂਗੀ, ਉਸ ਟੈਬ 'ਚ ISPCS ਇੰਗਲਿਸ਼ ਮੀਡੀਅਮ ਤੇ ISPCS ਪੰਜਾਬੀ ਮੀਡੀਅਮ, ਇਹਨਾਂ 'ਚੋਂ ਕਿਸੇ ਵੀ ਇੱਕ ਪੰਜਾਬੀ ਵਾਲੇ ਇਹਦੇ ਤੇ ਇੰਗਲਿਸ਼ ਵਾਲੇ ਇਹਦੇ ਤੇ ਕਲਿੱਕ ਕਰਨਗੇ। ਜਦੋਂ ਤੁਸੀਂ ਇਸ ਟੈਬ ਤੇ ਕਲਿੱਕ ਕਰੋਗੇ ਤੁਹਾਨੂੰ ਇਸ ਟੈਬ ਦੇ ਅੰਦਰ ਸਾਡੇ 4 ਪ੍ਰੋਗਰਾਮ ਮਿਲਣਗੇ, ਮੈਂ ਉਹਨਾਂ ਚਾਰਾਂ ਬਾਰੇ ਦੱਸ ਦਿੰਦਾ। ਤੇ ਇੱਕ ਗੱਲ ਹੋਰ, ਜ਼ਰੂਰੀ ਨਹੀਂ ਕਿ ਕੋਰਸ 'ਚ ਇਨਰੋਲ ਹੋਣਾ ਹੈ, ਸਮਝਿਓ ਇੱਕ ਪ੍ਰੋਗਰਾਮ ਦਾ ਨਾਮ ਆ ਪੰਜਾਬ PCS ਪ੍ਰੀ ਦੀ ਤਿਆਰੀ, ਇੱਕ ਪ੍ਰੋਗਰਾਮ ਦਾ ਨਾਮ ਆ ਪ੍ਰੀ ਕਮ ਮੇਨਸ, ਪੂਰਾ ਕੋਰਸ ਪ੍ਰੀ ਕਮ ਮੇਨਸ, ਪ੍ਰੀ ਤੇ ਮੇਨਸ, ਇੱਕ ਆ ਇਕੱਲੇ ਮੇਨਸ ਦੇ ਆਨਸਰ ਲਿਖਣ ਦੀ, ਠੀਕ ਆ ਸਿਰਫ ਆਨਸਰ ਲਿਖਣੇ ਆ ਉੱਤਰ ਲਿਖਣ ਦੀ ਤਿਆਰੀ, ਇੱਕ ਆ ਆਨਸਰ ਰਾਈਟਿੰਗ ਐਂਡ ਮੇਨਸ ਸਬਜੈਕਟ ਪ੍ਰੋਗਰਾਮ। ਇਹ ਕੀ ਆ, ਤੁਹਾਨੂੰ ਦੱਸਿਆ ਨਾ ਕਿ ਮੇਨਸ 'ਚ 7-8 ਸਬਜੈਕਟ ਅੱਡ ਹੁੰਦੇ ਆ, ਇੱਕ ਉਹ ਸਬਜੈਕਟ ਤੇ ਇੱਕ ਆਨਸਰ ਰਾਈਟਿੰਗ, ਮੇਨਸ ਦੀ ਪੂਰੀ ਆਨਸਰ ਲਿਖਣੇ ਸਿਖਾਉਣੇ ਤੇ ਉਹਦੇ 30 ਟੈਸਟ ਲੈਣੇ, 30 ਟੈਸਟ ਮੇਨਸ ਦੇ, ਮੇਨਸ ਵਰਗੇ ਪੂਰੇ ਫੁੱਲ ਫਲੈਜ ਲਿਖਤੀ ਪੇਪਰ, ਤੇ ਉਹਨਾਂ ਨੂੰ ਚੈੱਕ ਕਰਨਾ, ਹਰ ਟੈਸਟ ਦੇ ਵੀਡੀਓ ਸੋਲੂਸ਼ਨ ਦੇਣੇ ਤੇ ਬੱਚਿਆਂ ਨੂੰ ਮਾਡਲ ਆਨਸਰ ਵੀ ਨਾਲ ਪ੍ਰੋਵਾਈਡ ਕਰਾਉਣੇ ਤੇ ਨਾਲ ਮੇਨਸ ਦੇ ਸਬਜੈਕਟ। ਇਹ ਅੱਡ ਪ੍ਰੋਗਰਾਮ ਆ, ਆਨਸਰ ਰਾਈਟਿੰਗ ਦਾ ਪ੍ਰੋਗਰਾਮ ਅੱਡ, ਇੱਕ ਪ੍ਰੀ ਵਾਲਾ ਅੱਡ। ਵੈਸੇ ਨਾ ਆ ਪ੍ਰੀ ਕਮ ਮੇਨਸ ਜਿਹੜਾ ਸਾਂਝਾ ਪ੍ਰੋਗਰਾਮ, ਇਹਦੇ 'ਚ ਜਾਇਓ, ਇਹਦੇ ਇਹਦੇ 'ਚ ਹੀ ਕਿਉਂ ਜਾਇਓ, ਪ੍ਰੀ ਕਮ ਮੇਨਸ ਵਾਲੇ 'ਚ, ਇਹਦੇ 'ਚ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਊਗਾ।
ਇਸ ਕੋਰਸ ਦੇ ਅੰਦਰ ਇੱਕ ਫੋਲਡਰ ਦਾ ਨਾਮ ਆ ਲਾਈਵ ਫੋਲਡਰ, ਲਾਈਵ ਕੋਰਸ। ਉਹਦੇ ਅੰਦਰ ਹਰ ਸਬਜੈਕਟ ਦੀਆਂ ਇੱਕ ਇੱਕ ਦੋ ਦੋ ਡੈਮੋ ਵੀਡੀਓਜ਼ ਓਪਨ ਪਈਆਂ। ਪਹਿਲਾਂ ਦੇਖੋ ਕਿ ਬਾਈਲਿੰਗੁਅਲ ਕੰਟੈਂਟ ਜਿਹੜਾ ਅਸੀਂ ਪੜ੍ਹਾ ਰਹੇ ਹਾਂ ਕਿ ਉਹ ਇਸ ਪੱਧਰ ਦਾ ਹੈ ਆ ਕਿ ਵਾਕਈ ਉਹ ISPCS ਲੈਵਲ ਦਾ ਹੋਣਾ ਚਾਹੀਦਾ, ਤੁਸੀਂ ਮੰਨਦੇ ਹੋ, ਤੇ ਦੂਜੀ ਗੱਲ ਤੁਹਾਨੂੰ ਉਹ ਸਮਝ ਆ ਰਿਹਾ। ਫਿਰ ਉਸ ਤੋਂ ਉੱਪਰ ਇੱਕ ਫੋਲਡਰ ਆ ਆਂਸਰ ਰਾਈਟਿੰਗ ਪ੍ਰੋਗਰਾਮ, ਉਹਦੇ ਅੰਦਰ ਕਲਿੱਕ ਕਰਿਓ। ਉਹਦੇ ਅੰਦਰ ਜਾਇਓ ਜਿਹਦੇ 'ਚ ਇਹ ਦੱਸਿਆ ਹੋਇਆ ਹੈ ਕਿ ਬਈ ਤੁਸੀਂ ਕਿਵੇਂ ਆਂਸਰ ਲਿਖ ਸਕਦੇ ਹੋ ਤੇ ਨੋਟਸ ਕਿਵੇਂ ਬਣਾ ਸਕਦੇ ਹੋ। ਜਦੋਂ ਮੇਨਸ ਦਾ ਸਵਾਲ ਪੇਪਰ 'ਚ ਆਉਂਦਾ ਹੈ ਉਹਦੇ ਮਗਰ ਲਿਖਿਆ ਨਹੀਂ ਹੁੰਦਾ ਡਿਸਕਸ ਕਰੋ, ਇਲੂਸੀਡੇਟ ਜਾਂ ਚਰਚਾ ਕਰੋ ਜਾਂ ਉਹਦੀ ਆਲੋਚਨਾਤਮਕ ਤੌਰ 'ਤੇ ਉਹਦੀ ਪਰਖ ਕਰੋ ਉਸ ਸਟੇਟਮੈਂਟ ਦੀ, ਉਸ ਲਿਖੀ ਹੋਈ ਗੱਲ ਦੀ। ਇਹਨਾਂ ਸ਼ਬਦਾਂ 'ਚ ਕੀ ਫਰਕ ਆ? ਡਿਸਕਸ ਕਰਨਾ, ਕ੍ਰਿਟੀਕਲੀ ਐਨਾਲਾਈਜ਼ ਕਰਨਾ, ਪੰਜਾਬੀ 'ਚ ਅਤੇ ਅੰਗਰੇਜ਼ੀ 'ਚ ਪੂਰਾ ਸਮਝਾਇਆ ਹੈ। ਫਿਰ ਇੱਕ ਥੱਲੜਾ ਫੋਲਡਰ ਆ, ਉਹਦੇ 'ਚ ਵੀ ਦੋ ਵੀਡੀਓਜ਼ ਓਪਨ ਨੇ ਕਿ ਜਿਹੜੇ ਸਾਡੇ ਮੇਨਸ ਦੇ ਪੇਪਰ 'ਚ ਸਬਜੈਕਟ ਆਉਣੇ ਆ, ਪੰਜਾਬ ਹਿਸਟਰੀ ਕਲਚਰ ਇਕੋਨਮੀ ਆਉਣੀ ਆ, ਇਹਨਾਂ 'ਚ ਮੇਨਸ ਦੇ ਜੇ ਸਵਾਲ ਪੇਪਰ 'ਚ ਆ ਗਿਆ ਇੰਗਲਿਸ਼ ਜਾਂ ਪੰਜਾਬੀ ਮੀਡੀਅਮ 'ਚ ਕਿੰਨਾ ਕੁ ਆਂਸਰ ਲਿਖਣਾ ਹੈ। ਹਰ ਇੱਕ ਸਬਜੈਕਟ ਦੇ ਦੋ ਦੋ ਆਂਸਰ ਲਿਖਣੇ ਸਿਖਾਏ ਆ ਮੈਂ, ਇੱਕ ਇੱਕ ਦੋ ਦੋ ਸ਼ੁਰੂ ਵਾਲੇ ਦੋ ਸਬਜੈਕਟਾਂ ਦਾ ਇੱਕ ਇੱਕ, ਬਾਕੀ ਸਾਰਿਆਂ ਦੇ ਥੱਲੇ ਦੋ ਦੋ ਆਂਸਰ ਲਿਖਣੇ ਸਿਖਾ ਰਿਹਾ। ਪਹਿਲਾਂ ਕਹੂੰਗਾ ਕਿ ਵੀਡੀਓ ਰੋਕ ਕੇ ਆਪ ਲਿਖੋ, ਫਿਰ ਉਸ ਤੋਂ ਬਾਅਦ ਮੇਰੀ ਵੀਡੀਓ ਨੂੰ ਦੇਖੋ ਕਿ ਮੈਂ ਕੀ ਲਿਖਿਆ ਉਹਦੇ 'ਚ। ਤੁਹਾਨੂੰ ਉੱਥੋਂ ਇੰਨਾ ਕੁ ਜ਼ਿਆਦਾ ਸਮਝ ਆ ਜਾਊਗਾ ਆਂਸਰ ਲਿਖਣ ਬਾਰੇ, ਆਂਸਰ ਆਂਸਰ ਰਾਈਟਿੰਗ ਬਾਰੇ, ਮਤਲਬ ਉੱਤਰ ਲਿਖਣ ਬਾਰੇ, ਕਿ ਤੁਹਾਨੂੰ ਕਨਸੈਪਟ ਕਲੀਅਰ ਹੋ ਜਾਊਗਾ। ਫਿਰ ਉਸ ਤੋਂ ਬਾਅਦ ਉਸ ਫੋਲਡਰ ਦੇ ਵਿੱਚ ਤੀਜੀ ਆ, ਫਿਰ ਅਸੀਂ ਇਕੱਲੇ ਇਕੱਲੇ ਸਬਜੈਕਟ ਦੇ ਸੈਕਸ਼ਨਲ ਟੈਸਟ ਲੈਣੇ ਆ ਮੇਨਸ ਦੇ। ਪਰ ਇਸ ਪ੍ਰੋਗਰਾਮ ਦਾ ਫਾਇਦਾ ਸਿਰਫ ਉਹਨਾਂ ਨੂੰ ਆ ਜਿਨ੍ਹਾਂ ਨੂੰ ਪੂਰੀ ਤਿਆਰੀ ਆ ਇਕੱਲਾ ਮੇਨਸ ਦੀ ਆਂਸਰ ਰਾਈਟਿੰਗ ਵਾਲਾ, ਜਿਨ੍ਹਾਂ ਨੂੰ ਲੱਗਦਾ ਹੈ ਕਿ ਪ੍ਰੀ ਨਾਲ ਸੰਬੰਧਿਤ ਸਬਜੈਕਟ ਆਉਂਦੇ ਆ, ਇਕੱਲੇ ਮੇਨਸ ਦੇ ਹੀ ਸਬਜੈਕਟ ਕਰਨੇ ਆ ਅਤੇ ਨਾਲ ਆਂਸਰ ਰਾਈਟਿੰਗ, ਉਹਨਾਂ ਲਈ ਵੱਖਰਾ ਪ੍ਰੋਗਰਾਮ ਆ। ਪਰ ਤੁਹਾਨੂੰ ਸਾਰੀਆਂ ਡੈਮੋਜ਼ ਪ੍ਰੀ ਐਂਡ ਮੇਨਸ ਵਾਲੇ ਕੋਰਸ 'ਚ ਮਿਲ ਜਾਣਗੀਆਂ। ਇੱਕ ਗੱਲ ਹਮੇਸ਼ਾ ਕਲੀਅਰ ਆ ਕਿ ਦੇਖੋ ਕੰਟੈਂਟ ਦੀ ਕੁਆਲਿਟੀ ਤੁਸੀਂ ਪਹਿਲਾਂ ਖੁਦ ਤਸੱਲੀ ਕਰਨੀ ਹੈ। ਜਦੋਂ ਤੱਕ ਤੁਹਾਨੂੰ ਕੰਟੈਂਟ ਦੀ ਕੁਆਲਿਟੀ 'ਤੇ ਤਸੱਲੀ ਨਹੀਂ ਹੁੰਦੀ, ਉਦੋਂ ਤੱਕ ਫਿਰ ਉਸ ਤੋਂ ਬਾਅਦ ਤੁਸੀਂ ਸਾਨੂੰ ਫੋਨਿਕਲੀ ਕਮਿਊਨੀਕੇਟ ਕਰਨਾ, ਸਾਡੇ ਨਾਲ ਫੋਨ 'ਤੇ ਗੱਲਬਾਤ ਕਰਨੀ ਆ। ਪਹਿਲਾਂ ਕੁਆਲਿਟੀ ਦੀ ਪਰਖ ਕਰਨ ਤੋਂ ਬਾਅਦ, ਇਹ ਬਹੁਤ ਜ਼ਿੰਮੇਵਾਰ ਜ਼ਰੂਰੀ ਆ। ਹੁਣ ਮੈਂ ਤਾਂ ਕਦੀ ਇਹ ਵੀ ਨਹੀਂ ਕਹੂੰਗਾ ਕਿ ਬਈ ਜਲਦੀ ਜਲਦੀ ਆ ਜਾਓ, PCS ਨਹੀਂ ਆਉਣਾ, ਬਈ ਇਸ ਵਾਰ ਰਹਿ ਜੂਗਾ, ਅਗਲਾ ਆ ਜੂਗਾ, ਉਸ ਤੋਂ ਅਗਲਾ, 3 ਸਾਲ ਤਾਂ ਪੱਕਾ ਹੈ। ਕੋਈ ਵੀ ਕਾਹਲੀ 'ਚ ਜਾਂ ਹਫੜਾ ਦਫੜੀ 'ਚ ਸਾਡੇ ਕੋਲ ਨਾ ਆਵੇ, ਠੀਕ ਆ, ਪੱਕੀ ਤਰੀਕੇ ਨਾਲ ਆਵੇ ਕਿ ਹੁਣ ਪੇਪਰ ਘੱਟੋ ਘੱਟ ਇਸ ਸਰਕਾਰ ਦੇ ਨਾ ਅੰਦਰ ਖਾਤੇ ਵੀ ਅਤੇ ਬਾਹਰ ਵੀ ਖੁੱਲ੍ਹ ਕੇ ਕਹਿਤਾ ਕਿ 3 ਸਾਲ PCS ਲੈਣੇ ਆ। ਇਹ ਸਰਕਾਰ ਪੇਪਰਾਂ ਨੂੰ ਲੈ ਕੇ ਜੇ ਕੁਛ ਕਹਿ ਦੇ ਉਹ ਕਰਕੇ ਦਿਖਾਉਂਦੀ ਆ ਕਿ ਨਹੀਂ। ਗਰੁੱਪ ਬੀ ਦੇ ਪੇਪਰਾਂ 'ਚ ਆਏ ਸੁਧਾਰਾਂ ਤੋਂ ਤੁਸੀਂ ਦੇਖ ਹੀ ਲਿਆ ਕਿ ਕਰਕੇ ਦਿਖਾਉਂਦੇ ਆ ਅਗਲੇ। ਇੱਕ ਅੱਧਾ ਪੇਪਰ ਲਟਕਿਆ ਹੋਇਆ ਅੱਜ ਕੱਲ੍ਹ ਛੋਟੇ ਪੇਪਰਾਂ 'ਚੋਂ, ਉਹ ਇਸ ਕਰਕੇ ਕਿਉਂਕਿ ਉਹਦੇ ਮਗਰ ਕੋਈ ਟੈਕਨੀਕਲ ਘੁੰਡੀਆਂ ਹੈ, ਉਹ ਟੈਕਨੀਕਲ ਘੁੰਡੀਆਂ ਕਰਕੇ, ਮਹਿਕਮੇ ਦੀਆਂ ਘੁੰਡੀਆਂ ਕਰਕੇ ਅਟਕਿਆ ਪੇਪਰ, ਜਿਹੜੇ ਇੱਕ ਦੋ ਛੋਟੇ ਮੋਟੇ ਪੇਪਰ ਅਟਕੇ ਹੋਏ ਆ, ਨਾ ਕਿ ਇਸ ਕਰਕੇ ਕਿ ਸਰਕਾਰ ਨਹੀਂ ਪੇਪਰ ਲੈਣਾ ਚਾਹੁੰਦੀ। ਸੋ ਮੇਰੇ ਕਹਿਣ ਦਾ ਸਾਫ਼ ਅਤੇ ਸਪਸ਼ਟ ਮਤਲਬ ਇਹੀ ਆ ਕਿ ਸਭ ਤੋਂ ਪਹਿਲਾਂ ਜਦੋਂ ਵੀ ਤੁਸੀਂ ਸਿਵਲਸ ਦੇ ਲੈਵਲ ਦੀ ਤਿਆਰੀ ਕਰਨੀ ਆ, ਮੇਰੀ ਇੱਕ ਗੱਲ ਨਾ ਹਾਸੇ 'ਚ ਆ, ਖਾਸੇ 'ਚ ਕਹਿ ਰਿਹਾ, ਪਰ ਇਹਨੂੰ ਸੀਰੀਅਸਲੀ ਲਿਓ, ਪਟਵਾਰੀ ਦਾ ਅਤੇ PCS ਦਾ ਸਿਲੇਬਸ ਸੇਮ ਹੁੰਦਾ ਹੈ, ਜਾਂ ਇਹ ਕਹਿ ਲਓ ਬਾਹਲੀ ਗੱਲ ਆ, ਹਾਂ ਇੱਕੋ ਹੀ ਗੱਲ ਆ, ਪਟਵਾਰੀ ਦਾ ਅਤੇ PCS ਦਾ ਸਿਲੇਬਸ ਤਾਂ ਸੇਮ ਹੀ ਆ, ਪ੍ਰੀਲਿਮਸ ਦਾ ਫਰਕ ਕੀ ਆ? ਲੈਵਲ ਦਾ। ਹੁਣ ਇੱਕੋ ਲੈਵਲ ਦਾ ਸਿਲੇਬਸ ਪਟਵਾਰੀ ਦੇ ਪੇਪਰ 'ਚ ਆ, ਫਿਰ ਐਕਸਾਈਜ਼ ਦੇ ਪੇਪਰ 'ਚ ਆ, ਫਿਰ ਸੀਨੀਅਰ ਸਹਾਇਕ ਦੇ ਪੇਪਰ 'ਚ ਆ, ਫਿਰ PCS ਦੇ ਪੇਪਰ 'ਚ ਆ। ਪੇਪਰ ਦੇ ਲੈਵਲ ਤੋਂ ਪਤਾ ਲੱਗਦਾ ਨਾ, ਇੱਕ ਪੇਪਰ ਆ ਜਿਹ 'ਚ ਜਵਾਕ ਕਹਿੰਦੇ ਸਰ ਅਸੀਂ 100 'ਚੋਂ 94 ਨੰਬਰ ਲੈ ਲਏ, 93-92 ਨੰਬਰ ਲੈ ਲਏ, ਅਸੀਂ ਫਿਰ ਫੇਲ ਹੋ ਗਏ। ਇੱਕ ਕਹਿ ਰਿਹਾ ਸਰ ਮੈਂ 120 ਦੇ ਵਿੱਚੋਂ ਮੈਂ ਜਾਂ 100 ਦੇ ਵਿੱਚੋਂ ਮੈਂ 80 ਨੰਬਰ ਲਏ ਆ, ਮੈਂ ਤਾਂ ਲੱਗਿਆ ਇਹ ਐਕਸਾਈਜ਼ ਦਾ ਪੇਪਰ।
ਫਿਰ ਤੀਜਾ ਕਹਿ ਰਿਹਾ ਸਰ ਸੀਨੀਅਰ ਸਹਾਇਕ 'ਚ ਮੇਰੇ 120 'ਚੋਂ 85 ਆ ਰਹੇ ਆ, ਮੈਂ ਲੱਗ ਜੂੰਗਾ, ਕਹੂੰਗਾ ਪੂਰੇ ਚਾਂਸ ਆ, ਬਹੁਤ ਹੱਦ ਤੱਕ ਚਾਂਸ ਆ। ਚੌਥਾ ਪੇਪਰ PCS ਫ੍ਰੀ ਦਾ ਜਾਂ ਨੈਬ ਤਹਿਸੀਲਦਾਰ ਦਾ, ਕਹਿੰਦਾ ਜੀ ਸਰ 300 ਦੇ ਵਿੱਚੋਂ 170 ਨੰਬਰ ਆਏ ਆ, ਲੱਗ ਜਾਂਗੇ, ਬਿਲਕੁਲ ਲੱਗ ਜਾਓਗੇ, ਕਿਉਂਕਿ ਪੇਪਰ ਦਾ ਲੈਵਲ ਆ। ਯਾਦ ਰੱਖਿਓ ਲੈਵਲ ਹੀ ਫਰਕ ਪਾਉਂਦਾ ਹੈ, ਅਤੇ ਜਿਵੇਂ ਜਿਵੇਂ ਲੈਵਲ ਵੱਧਦਾ ਜਾਂਦਾ ਹੈ ਉਵੇਂ ਉਵੇਂ ਥੋਰੋਲੀ ਪੜ੍ਹਨਾ ਪੈਂਦਾ ਹੈ, ਡੀਪਲੀ ਪੜ੍ਹਨਾ ਪੈਂਦਾ ਹੈ। ਸਾਡੇ ਨਾਲ ਜੇ ਜੁੜਨਾ ਹੈ ਤਾਂ ਸਾਡਾ ਇੰਨਾ ਕੁ ਕੰਟੈਂਟ ਸਾਡੀ ਐਪਲੀ, ਜੇ ਤੁਸੀਂ ਸਾਡੀ ਐਪਲੀਕੇਸ਼ਨ 'ਤੇ ਚਲੇ ਗਏ ਨਾ, ਤਾਂ ਫਿਰ ਤੁਹਾਨੂੰ ਯੂਟਿਊਬ 'ਤੇ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਜਾ ਕੇ ਕੁਝ ਵੀ ਚੈੱਕ ਕਰਨ ਦੀ ਲੋੜ ਨਹੀਂ। ਕੁਆਲਿਟੀ ਪਰਖਣ ਤੋਂ ਬਾਅਦ ਤੁਸੀਂ ਸਾਡੇ ਨਾਲ ਗੱਲ ਕਰੋਗੇ, ਸਾਨੂੰ ਵੀ ਹੌਸਲਾ ਹੋਊਗਾ ਜਾਂ ਸਾਨੂੰ ਵੀ ਚੰਗਾ ਲੱਗੂਗਾ। ਅਸੀਂ ਕਦੇ ਵੀ ਇਹ ਪਲੇਟਫਾਰਮ 'ਤੇ ਹਫੜਾ ਦਫੜੀ ਨਹੀਂ ਮਚਾਵਾਂਗੇ ਕਿ ਜਲਦੀ ਜਲਦੀ ਇਨਰੋਲ ਹੋ ਜਾਓ, ਪੇਪਰ ਆ ਗਿਆ, ਪੇਪਰ ਹੁਣ ਵਧੀਆ ਤਰੀਕੇ ਨਾਲ। ਅਤੇ ਇੱਕ ਗੱਲ ਹੋਰ, ਜਦੋਂ ਇੱਕ ਸਰਕਾਰ ਕੋਈ ਪੈਡ ਪਾ ਦੇ ਨਾ, ਦੂਜੀਆਂ ਨੂੰ ਉਹਦੇ 'ਤੇ ਚੱਲਣਾ ਹੀ ਪੈਂਦਾ ਹੈ। 5 ਸਾਲ ਬਾਅਦ ਇਹ ਸਰਕਾਰ ਬਦਲੇ ਨਾ ਬਦਲੇ, ਪਰ ਇੱਕ ਆਦਤ ਜਦੋਂ ਲੋਕਾਂ ਨੂੰ ਸਿਵਲ ਸਰਵਿਸਿਜ਼ ਦੀ ਪੈ ਗਈ, ਫਿਰ 1 ਸਾਲ ਨਹੀਂ 1.5 ਸਾਲ ਬਾਅਦ ਆਇਆ ਕਰੂਗਾ। ਸੋ ਇਹ ਚੀਜ਼ਾਂ ਹਰ ਸਾਲ ਤੁਹਾਨੂੰ ਹੁਣ ਮਿਲਣਗੀਆਂ। ਸਰਕਾਰਾਂ ਜਦੋਂ ਇੱਕ ਸਰਕਾਰ ਕੋਈ ਪੂਰਨਾ ਪਾ ਦੇ, ਫਿਰ ਉਹ ਬਦਲਣਾ ਬਹੁਤ ਔਖਾ ਹੋ ਜਾਂਦਾ ਹੈ। ਇੱਕ ਵਾਰੀ ਇੱਕ ਸਰਕਾਰ ਨੇ ਬਿਜਲੀ ਦੇ ਬਿੱਲ ਮਾਫ਼ ਕਰੇ ਸੀਗੇ ਮੋਟਰਾਂ ਦੇ, ਉਹ ਅੱਜ ਤੱਕ ਚੱਲਦੇ ਆ ਰਹੇ ਆ। ਇੱਕ ਨੇ ਕਿਰਾਇਆ ਮਾਫ਼ ਕਰਿਆ ਸੀ, ਉਹ ਅੱਜ ਤੱਕ ਚੱਲਦਾ ਆ ਰਿਹਾ। ਸੋ ਇਹ ਪ੍ਰੈਕਟੀਕਲ ਗੱਲਾਂ ਨੇ, ਇਹ ਪੋਲੀਟੀਕਲ ਗੱਲਾਂ ਨੇ, ਇਹਨਾਂ ਨੂੰ ਬਦਲਿਆ ਨਹੀਂ ਜਾ ਸਕਦਾ। ਨਹੀਂ ਤਾਂ ਤੁਹਾਡੇ 'ਤੇ ਤੋਹਮਤ ਲੱਗ ਜਾਂਦੀ ਹੈ ਕਿ ਉਹ ਚੰਗਾ ਕੰਮ ਕਰਦੇ ਸੀ, ਤੁਸੀਂ ਉਹ ਖਤਮ ਕਰਤਾ। ਸੋ ਉਮੀਦ ਕਰਦਾ ਕਿ ਤੁਹਾਨੂੰ ਇਹ ਸਾਰਾ ਕਨਸੈਪਟ ਸਮਝ ਆ ਗਿਆ ਹੋਊਗਾ। ਇਸ ਤਰੀਕੇ ਨਾਲ ਆਪਣੀ ਤਿਆਰੀ ਦੀ ਸ਼ੁਰੂਆਤ ਕਰੋ। ਧੰਨਵਾਦ।